अस्सलामुअलैकुम दोस्तों, की हाल है। मैं तुहाडे नाल अदनान ते अज तुहाडे लई इक होर पार्टीशन स्टोरी लैके आया। साडे नाल इक बजुर्ग ने, इन्हां कोलों सुणांगे इन्हां दी पार्टीशन स्टोरी दे टाइम जो भी इन्हां ते हालात गुजरे। ते आओ इन्हां दे नाल गल करदे आं। ते अज असीं साहिवाल दे जिला साहिवाल दी तहसील चीचावतनी दा इक छोटा जिहा पिंड है जी 110/12L, ते उहदे च बैठे आं ते बजुर्गां दे नाल गल करदे आं। अस्सलामुअलैकुम। अस्सलामुअलैकुम। वालेकुम सलाम। बुजुर्गो की हाल है? शुक्र अल्लाह दा। अच्छा बुजुर्गो, अपना नाम की है जी? अब्दुल रशीद। ते तुहाडे वालद साहब दा नाम की सी जी? खुशी मोहम्मद। ते अपने तुहाडे दादा जी जेड़े सी उहनां दा नाम भी याद है जी? हां, मोहम्मद अली। ते उहनां दे वालद साहब? नबी बख्श। ते उहनां दे वालद साहब दा नाम भी याद है? माशाल्लाह, बहुत अच्छी याददाश्त है जी। जी इस टाइम 110/12L च, ਅਤੇ 110/12L ਦੇ ਨਾਲ ਨਾਲ ਹੋਰ ਜਿਹੜੇ ਪਿੰਡ ਆ ਉਹ ਉਹਨਾਂ ਦੇ ਕੋਈ ਨਾਂ ਦੱਸ ਦਿਓ ਜੀ। ਨੌਂ ਚੱਕ, ਅੱਠ ਚੱਕ, 11, 12, 13। ਅੱਛਾ, ਇਹ ਨਾਲ ਦੇ ਪਿੰਡ ਆ ਜੀ। ਅਤੇ ਆਪਣਾ ਪਿੰਡ ਜਿਹੜਾ ਆ ਇਹਦੇ ਵਿੱਚ ਆਬਾਦੀ ਕਿੰਨੀ ਕੁ ਹੈ ਜੀ? ਬਹੁਤ ਆਬਾਦੀ। ਤਕਰੀਬਨ ਕਿੰਨੇ ਘਰ ਹੋਣੇ ਆ? 100-200? ਜ਼ਿਆਦਾ 100-200 ਤਾਂ ਕੁਛ ਵੀ। ਕਿੰਨੇ ਕੁ ਰਕਬੇ 'ਚ ਇਹ ਆਬਾਦ ਹੈ ਜੀ? ਮੇਰਾ ਖਿਆਲ 7-8 ਮਰੱਬੇ ਹੋਣਗੇ। 7-8 ਮਰੱਬੇ, ਮਾਸ਼ਾਅੱਲਾ, ਫਿਰ ਚੰਗੀ ਭਲੀ ਆਬਾਦੀ ਹੈ ਜੀ ਇਸ ਪਿੰਡ ਦੀ। ਅਤੇ ਇਹਦੇ 'ਚ ਕਿੰਨੀਆਂ ਕੌਮਾਂ ਬੈਠੀਆਂ ਜੀ? ਕੌਮਾਂ ਬਹੁਤ ਜ਼ਿਆਦਾ ਰਾਈ ਆ। ਹਾਂਜੀ। ਉਦੋਂ ਹਟ ਕੇ ਰਾਜਪੂਤ ਆ। ਹਾਂਜੀ। ਉਦੋਂ ਹਟ ਕੇ ਥੋੜ੍ਹਾ ਜਿਹਾ ਘਰ ਪੱਟੀ ਆ। ਠੀਕ ਹੋ ਗਿਆ ਜੀ। ਬਾਕੀ ਹੋਰ ਆ ਸ਼ੇਖ। ਹਾਂਜੀ, ਇਹੋ ਜਿਹਾ। ਅਤੇ ਜਿਹੜਾ ਆਪਣੀ ਤੁਹਾਡੀ ਕੌਮ ਕੀ ਹੈ ਜੀ? ਰਾਮੇ। ਨਹੀਂ ਨਹੀਂ, ਤੁਹਾਡੀ ਕੌਮ ਕੀ ਹੈ? ਰਾਈ। ਅਤੇ ਗੋਥ ਕੋਈ ਯਾਦ ਹੋਵੇ ਅਗਰ? ਉਹੀ ਮੈਂ ਦੱਸਦਾ, ਰਾਮੇ ਗੋਥ ਹੈ। ਠੀਕ ਹੋ ਗਿਆ ਜੀ। ਅਤੇ ਅੱਛਾ, ਜਦੋਂ ਤੁਸੀਂ 1947 ਦੀ ਵੰਡ ਹੋਈ ਆ, ਪਾਕਿਸਤਾਨ ਬਣਿਆ, ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਅਲਹਿਦਾ ਹੋ ਗਏ, ਅਤੇ ਉਦੋਂ ਤੁਹਾਡੀ ਉਮਰ ਕਿੰਨੀ ਸੀ ਜੀ? ਉਮਰ ਤਕਰੀਬਨ 90 ਦਾ ਗੇੜ ਸੀ, ਕੁਛ ਮਹੀਨੇ ਉੱਤੇ ਹੀ ਹੋ। ਹੁਣ 90 ਆ ਤੁਹਾਡੀ? ਹਾਂ। ਅਤੇ ਇਹਦਾ ਮਤਲਬ ਕਿ ਜਦੋਂ 1947 ਦੀ ਵੰਡ ਹੋਈ ਉਦੋਂ 16-17 ਸਾਲ ਉਮਰ ਸੀ ਤੁਹਾਡੀ? ਹਾਂ, ਉਦੋਂ ਜਾਣੀ ਜਖਮ 1931। ਹਾਂਜੀ, ਜਖਮ ਜਨਵਰੀ। ਠੀਕ ਹੋ ਗਿਆ। ਅਤੇ 1947 'ਚ ਜਦੋਂ ਵੰਡ ਹੋਈ ਆ, ਉਸ ਤੋਂ ਪਹਿਲੇ ਤੁਸੀਂ ਉੱਥੇ ਜਿਹੜਾ ਪਿੰਡ ਸੀ ਆਪਣਾ ਜਿੱਥੋਂ ਹਿਜਰਤ ਕੀਤੀ ਆ, ਉਹਦਾ ਨਾਂ ਯਾਦ ਹੈ ਜੀ ਤੁਹਾਨੂੰ? ਹਾਂਜੀ, ਖੋਥੜਾਂ ਕਲਾਂ। ਅਤੇ ਉਹ ਪਿੰਡ 'ਚ ਤੁਸੀਂ ਮਤਲਬ ਉੱਥੇ ਪੜ੍ਹੇ ਵੀ ਹੋ? ਹਾਂ, ਪੜ੍ਹੇ ਹਾਂ। ਉੱਥੇ ਪਿੰਡ ਦੇ ਵਿੱਚ 4th ਤੱਕ ਸੀ ਸਕੂਲ। 4th ਤੱਕ ਸਕੂਲ ਸੀਗਾ ਜੀ ਉੱਥੇ। ਅਤੇ ਉਸ ਤੋਂ ਬਾਅਦ ਫਗਵਾੜਾ ਸ਼ਹਿਰ ਸੀ, ਨਾਲ ਲਾਗੇ ਫਗਵਾੜਾ ਸ਼ਹਿਰ ਸੀ, ਉੱਥੇ ਸਕੂਲ ਸੀਗਾ। ਉੱਥੇ ਫਿਰ ਉੱਥੇ ਗਏ? ਹਾਂਜੀ। ਉੱਥੇ ਕਿੰਨੀਆਂ ਕਲਾਸਾਂ ਪੜ੍ਹੀਆਂ ਜੀ? ਉੱਥੇ 2 ਪੜ੍ਹ ਕੇ 5ਵੀਂ ਅਤੇ 6ਵੀਂ। 7ਵੀਂ ਦੇ ਵਿੱਚ ਜਨਵਰੀ ਤੋਂ ਅਗਸਤ ਤੱਕ ਜਿਹੜਾ ਪੜ੍ਹੇ। ਜਨਵਰੀ ਤੋਂ ਅਗਸਤ ਤੱਕ 6ਵੀਂ ਪੜ੍ਹ ਕੇ, ਅਤੇ 7ਵੀਂ ਜਿਹੜੀ ਅੱਧੀ ਪੜ੍ਹੀ, ਅਤੇ ਉਸ ਤੋਂ ਬਾਅਦ ਵੰਡ ਦਾ ਟਾਈਮ ਆ ਗਿਆ। ਅਤੇ ਜਦੋਂ ਇਹ ਵੰਡ ਦਾ ਐਲਾਨ ਹੋਇਆ, ਉਸ ਤੋਂ ਪਹਿਲੇ ਤੁਹਾਨੂੰ ਪਤਾ ਸੀਗਾ ਕਿ ਹੁਣ ਹਿਜਰਤ ਹੋਣੀ ਹੈ ਅਤੇ ਅਸੀਂ ਇਹ ਸ਼ਹਿਰ ਛੱਡ ਦੇਣਾ ਆਪਣਾ ਘਰ? ਕੋਈ ਪਤਾ ਨਹੀਂ, ਬਸ ਅਚਾਨਕ ਐਲਾਨ ਹੋਇਆ ਅਤੇ ਛੱਡਣਾ ਪੈ ਗਿਆ। ਅਤੇ ਉਹ ਸਾਨੂੰ ਥੋੜ੍ਹਾ ਜਿਹਾ ਵਾਕਿਆ ਸੁਣਾਓਗੇ ਜਦੋਂ ਤੁਸੀਂ ਉੱਥੋਂ ਹਿਜਰਤ ਕੀਤੀ ਆ। ਅਤੇ ਦੂਸਰਾ ਇਹ ਦੱਸੋ ਕਿ ਜਿਹੜਾ ਪਿੰਡ ਸੀ ਉਹ ਸਾਰਾ ਮੁਸਲਮਾਨ ਸੀਗਾ ਜਾਂ ਉੱਥੇ ਕੋਈ ਹੋਰ ਵੀ ਹੈ ਸੀ ਆਬਾਦ? ਸਿੱਖ ਸੀਗੇ, ਬਿਜਲੀ ਸੜਕ ਸੀਗੀ। ਅੱਛਾ, ਸੜਕ ਸੀ ਇੱਕ ਪਾਸੇ, ਲਹਿੰਦੇ ਪਾਸੇ ਸਿੱਖ ਸੀ, ਚੜ੍ਹਦੇ ਪਾਸੇ ਮੁਸਲਮਾਨ। ਠੀਕ ਹੋ ਗਿਆ। ਅਤੇ ਉਹਨਾਂ ਨਾਲ ਆਪਣਾ ਲੈਣ ਦੇਣ ਵੀ ਹੈ ਸੀ? ਹਾਂ, ਉੱਧਰੋਂ ਉੱਧਰ ਹੀ ਆਉਣਾ ਜਾਣਾ, ਖੇਲਣਾ। ਹਾਂ। ਅਤੇ ਉਹ ਜਦੋਂ ਤੁਸੀਂ ਪੜ੍ਹਦੇ ਸੀਗੇ, ਤੁਹਾਡਾ ਕੋਈ ਕਲਾਸ ਫੈਲੋ ਕਿਸੇ ਦਾ ਨਾਂ ਯਾਦ ਹੋਵੇ? ਨਾਂ ਯਾਦ ਹੈਗੇ ਆ, ਹੁਣ ਪਤਾ ਨਹੀਂ ਉਹ ਹੋਣ ਜਾਂ ਨਾ ਹੋਣ। ਚਲੋ ਨਾਂ ਦੱਸੋ, ਫਿਰ ਹੋ ਸਕਦਾ ਹੋਣ, ਮਾਸ਼ਾਅੱਲਾ ਤੁਸੀਂ ਵੀ ਹਯਾਤ ਆ ਅਤੇ ਅੱਲਾਹ ਨੇ ਉਹਨਾਂ ਨੂੰ ਵੀ ਜ਼ਿੰਦਗੀ ਦਿੱਤੀ ਹੋਵੇ। ਦਰਸ਼ਨ ਸਿੰਘ ਸੀ, ਉਹਦੇ ਬਾਪ ਦਾ ਨਾਂ ਸੀ ਰਤਨ ਸਿੰਘ। ਦਰਸ਼ਨ ਸਿੰਘ ਵੱਲ ਰਤਨ ਸਿੰਘ। ਹਾਂ, ਅਤੇ ਉਹ ਰਤਨ ਸਿੰਘ ਦੇ ਕੇਸ ਵੀ ਆ, ਮੁੱਛਾਂ ਅਤੇ ਦਾੜੀ ਸਭ ਕੁਛ ਇੱਕੋ ਕੁਛ ਹੀ, ਵੱਡੇ ਵੱਡੇ ਰੱਖੇ ਸੀ। ਹਾਂ, ਅਤੇ ਮੂੰਹ ਵੀ ਨਹੀਂ ਸੀ ਦੇਖਦਾ। ਅੱਛਾ। ਅਤੇ ਉਹਦਾ ਪੁੱਤ ਜਿਹੜਾ ਦਰਸ਼ਨ ਸੀ, ਉਹ ਮਸ਼ੀਨ ਹੀ ਫਰਾ ਛੱਡਦਾ ਸੀ, ਪੇਂਡੀ ਕਰਾਈ ਰੱਖਦਾ ਸੀ, ਆਹ ਵੀ ਸਭ ਕੁਛ ਪੱਧਰ। ਅੱਛਾ, ਮਤਲਬ ਉਹਦੇ ਵਾਲਦ ਨੇ
ਵਾਲ ਵੂਲ ਰੱਖੇ ਸੀਗੇ ਹਰ ਸ਼ੈ ਤੇ ਪੁੱਤਰ ਨੇ ਉਹਦੇ ਮੁਖਾਲਫਤ ਮਤਲਬ ਉਹਦੇ ਮੁਤਬਾਦਲ ਰੱਖੇ ਸੀਗੇ ਕਿ ਟੇਂਡੀ ਕਰਾ ਦੇਣੀ ਉਸ ਤਰ੍ਹਾਂ ਫੜਾ ਦੇਣਾ ਠੀਕ ਹੋ ਗਿਆ ਤੇ ਉਹਦਾ ਛੋਟਾ ਭਰਾ ਸੀ ਗਰਮੇਲ ਗਰਮੇਲ ਸਿੰਘ ਹਾਂਜੀ ਉਹ ਤਾਂ ਨਹੀਂ ਪੜ੍ਹਿਆ ਉਹ ਨਹੀਂ ਪੜ੍ਹਿਆ ਤੇ ਦਰਸ਼ਨ ਸਿੰਘ ਹੀ ਪੜ੍ਹਿਆ ਚਲੋ ਜੀ ਗਰਮੇਲ ਜਾਂ ਦਰਸ਼ਨ ਜੇ ਕੋਈ ਹਯਾਤ ਹੋਇਆ ਤਾਂ ਇਨਸ਼ਾਅੱਲਾ ਵੀਡੀਓ ਉਹਨਾਂ ਤੱਕ ਪਹੁੰਚੇਗੀ ਤੇ ਉਸ ਤੋਂ ਅੱਗੇ ਫਿਰ ਇਹ ਦੱਸੋ ਕਿ ਤੁਹਾਡੀ ਉੱਥੇ ਕੋਈ ਜ਼ਮੀਨ ਵੀ ਸੀਗੀ ਹਾਂ ਕਿੰਨੀ ਕੁ ਜ਼ਮੀਨ ਸਾਡੇ ਦਾਦੇ ਦੇ ਨਾਂ ਸੀ 8 ਕਿੱਲੇ ਹਾਂਜੀ ਠੀਕ ਹੋ ਗਿਆ ਜੀ ਤੇ ਬਾਕੀ ਕੁਛ ਮੁੱਲ ਹੋਈ ਸੀ ਉਹ ਸਾਡੇ ਵਾਲਦ ਦੇ ਤਾਇਆਂ ਦੇ ਜਿੱਦਾਂ ਜਿੰਨੇ ਕਿਸੇ ਨੂੰ ਪੈਸੇ ਪਾਏ ਉਹ ਗਹਿਣੇ ਰੱਖੇ ਹੋਈ ਸੀ ਦੇ ਹੋਈ ਸੀ ਠੀਕ ਹੋ ਗਏ ਉਹ ਫਿਰ ਇੱਧਰ ਆ ਕੇ ਪੈਸੇ ਥੋੜ੍ਹੇ ਜਿਹੇ ਸਾਨੂੰ ਪਹਿਲਾਂ ਤਾਂ ਕਹਿਣ ਪਏ ਅਲੈਦਾ ਹੋ ਜਾਣੀਆਂ ਇਹ ਗੌਰਮੈਂਟ ਦੀਆਂ ਅਤੇ ਫਿਰ ਕਹਿਣ ਲੱਗੇ ਵੀ ਨਹੀਂ ਜ਼ਮੀਨਾਂ ਕਾਫੀ ਆ ਉਹ ਮਾਲਕਾਂ ਨੂੰ ਵੀ ਦੇ ਦਿੱਤੀਆਂ ਤੁਹਾਨੂੰ ਵੀ ਦੇ ਦੇਣੀਆਂ ਅਤੇ ਪੈਸੇ ਗਹਿਣੇ ਆ ਅਤੇ ਬੈ ਕਰ ਦੇਈਏ ਅਸੀਂ ਥੋੜ੍ਹੇ ਥੋੜ੍ਹੇ ਪੈਸੇ ਅੱਛਾ ਥੋੜ੍ਹਾ ਜਿਹਾ ਇਹ ਦੱਸੋ ਕਿ ਉਹ ਪਿੰਡ ਖੋਥਣਾ ਜਿਹੜਾ ਸੀ ਉਹ ਤਹਿਸੀਲ ਸੀ ਸ਼ਹਿਰ ਸੀ ਤਾਂ ਕਿ ਸੁਣਨ ਵਾਲਿਆਂ ਨੂੰ ਪਤਾ ਲੱਗੇ ਕਿ ਪਿੰਡ ਸੀ ਪਿੰਡ ਤਹਿਸੀਲ ਸਾਡੀ ਨਵਾਂ ਸ਼ਹਿਰ ਥਾਣਾ ਬੰਗੇ ਅਤੇ ਉਸ ਤੋਂ ਬਾਅਦ ਜ਼ਿਲ੍ਹਾ ਕਿਹੜਾ ਸੀ ਤੁਹਾਡਾ ਜ਼ਿਲ੍ਹਾ ਜਲੰਧਰ ਮਾਸ਼ਾਅੱਲਾ ਜਲੰਧਰ ਦੇ ਹੋ ਅਤੇ ਉਹ ਹੁਣ ਸਾਨੂੰ ਇਹ ਦੱਸੋ ਕਿ ਜਦੋਂ ਵੰਡ ਦਾ ਐਲਾਨ ਹੋਇਆ ਅਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਤੁਹਾਡੇ ਨਾਲ ਗੁਜ਼ਰੇ ਉਹਦੇ 'ਚ ਤੁਹਾਡੀ ਕਿਸੇ ਨੇ ਹੈਲਪ ਕੀਤੀ ਕਿਸੇ ਨੇ ਮੁਖਾਲਫਤ ਕੀਤੀ ਉਹ ਸਾਰੇ ਵਾਕਿਆ ਸਾਨੂੰ ਸੁਣਾਓ ਉਹ ਜੀ ਪਹਿਲਾਂ ਤਾਂ ਇੱਦਾਂ ਹੀ ਸੀ ਵੀ ਜਦੋਂ ਆਸੇ ਪਾਸੇ 13 ਦਸੰਬਰ ਨੂੰ 14 ਦਸੰਬਰ ਨੂੰ ਐਲਾਨ ਹੋਇਆ ਸੀ ਹਾਂ ਐਲਾਨ ਦਾ ਨਹੀਂ ਪਤਾ ਸਾਨੂੰ ਜਾਣੀ ਆਸੇ ਪਾਸੇ ਵਾਲੇ ਪਿੰਡ ਹਮਲਾ ਕਰਦੇ ਸੀ ਵੀ ਕੱਢੀਏ ਇਹਨਾਂ ਨੂੰ ਨਿਕਲ ਜਾਣਾ ਬੰਦੇ 15-20-40 ਨਿਕਲ ਕੇ ਅਤੇ ਲਲਕਾਰੇ ਮਾਰਨੇ ਤਾਂ ਉਹ ਭੱਜ ਜਾਂਦੇ ਸੀ ਮਤਲਬ ਉਹ ਆਉਂਦੇ ਸੀ ਤੁਹਾਨੂੰ ਡਰਾਉਣ ਲਈ ਹਾਂ ਅਤੇ ਤੁਸੀਂ ਅੱਗੋਂ 10-15 ਬੰਦੇ ਇਕੱਠੇ ਹੋ ਕੇ ਜਦੋਂ ਰੌਲਾ ਪਾਉਂਦੇ ਸੀ ਅਤੇ ਉਹ ਨੱਸ ਜਾਂਦੇ ਸੀ ਵੀ ਇਹ ਲੜਨਗੇ ਹਾਂ ਬਸ ਫਿਰ ਇੱਦਾਂ ਤੀਸਰੇ ਦਿਨ ਹਾਂਜੀ ਟਿੱਕਾ ਸੀ ਕਪੂਰਥਲੇ ਵਾਲਾ ਉਹਨੂੰ ਇਹਨਾਂ ਨੇ ਸੱਦਿਆ ਸੀ ਠੀਕ ਹੋ ਗਿਆ ਜੀ ਉਹ 4 ਬੰਦੇ ਆਏ ਜੀਪ ਦੇ ਵਿੱਚ ਅਤੇ ਉਹਨਾਂ ਸਿੱਖਾਂ ਵਾਲੇ ਪਾਸੇ ਆ ਕੇ ਉਹਨਾਂ ਨੂੰ ਖੜੀ ਕਰਕੇ ਤਾਂ ਉੱਤੋਂ ਦੀ ਸਾਡੇ ਵੱਲ ਦੇ ਪਾਸੇ ਦੀ ਆ ਕੇ ਹਾਂਜੀ ਜਾਣੀ ਪਿੰਡੋਂ ਪਿੱਛੇ ਹੀ ਹਵਾਈ ਫੈਰ ਕੀਤੇ ਵੀ ਡਰਾਓ ਇਹਨਾਂ ਨੂੰ ਹਾਂ ਅਤੇ ਉਹ ਕਹਿੰਦੇ ਇਹੋ ਹੀ ਸੀ ਵੀ ਕਹਿਣਾ ਕਿਸੇ ਨੂੰ ਕੁਛ ਨਹੀਂ ਅਸੀਂ ਤੁਸੀਂ ਆਪਣਾ ਹਿਜਰਤ ਕਰ ਹਾਂ ਵੀ ਪਿੰਡ ਖਾਲੀ ਕਰ ਦਿਓ ਅਤੇ ਕੈਂਪ 'ਚ ਜਾਓ ਪਾਕਿਸਤਾਨ ਨੂੰ ਜਾਣਾ ਤੁਸੀਂ ਅਤੇ ਪਿੰਡ ਖਾਲੀ ਕਰ ਲਿਆ ਠੀਕ ਹੋ ਗਿਆ ਅਤੇ ਪਾਕਿਸਤਾਨ ਦਾ ਨਾਂ ਸੁਣਨਾ ਉਦੋਂ ਕਿੱਦਾਂ ਦਾ ਲੱਗਦਾ ਸੀ ਲੱਗਦਾ ਤਾਂ ਚੰਗਾ ਸੀ ਜਾਣੀ ਉਸ ਵੇਲੇ ਵੀ ਇਹ ਨਹੀਂ ਸੀ ਕਹਿੰਦੇ ਵੀ ਸਹੀ ਆ ਗੱਲ ਇਹੋ ਹੀ ਕਹਿੰਦੇ ਸੀ ਬਸ ਆ ਦਿਹਾੜੀ ਡੰਗ ਰੌਲਾ ਪਊ 2-4 ਦਿਨ ਰੌਲਾ ਪੈਣਾ ਅਤੇ ਮੁੜ ਕੇ ਫਿਰ ਇੱਥੇ ਹੀ ਆ ਜਾਣਾ ਜਾਣਾ ਕਿੱਥੇ ਇੱਦਾਂ ਹੀ ਕਰਦੇ ਸੀ ਸਾਰੇ ਅੱਛਾ ਅਤੇ ਉਹ ਫਿਰ ਤਿੱਕਾ ਸਿੰਘ ਨੇ ਫਾਇਰ ਕੀਤੇ ਉਸ ਤੋਂ ਬਾਅਦ ਕੀ ਹੋਇਆ ਜੀ ਬਾਅਦ ਦੇ ਵਿੱਚ ਇੱਕ ਜੈਲਦਾਰ ਸੀ ਜੰਡਾਲੀ ਪਿੰਡ ਜੰਡਾਲੀ ਉਹ ਰੌਲਾ ਪਾਉਂਦਾ ਫਿਰਦਾ ਸੀ ਨਾਲ ਉਹਦੇ ਪੁੱਤ ਸੀ ਹਾਂਜੀ ਉਹ ਰੌਲਾ ਪਾਉਂਦੇ ਸੀ ਵੀ ਕੋਈ ਕਿਸੇ ਨੂੰ ਕੁਛ ਨਾ ਕਵੇ ਨਾ ਕਿਸੇ ਦੀ ਇੱਜ਼ਤ ਨੂੰ ਨਾ ਕਿਸੇ ਬੰਦੇ ਨੂੰ ਮਾਰੇ ਅਤੇ ਮੈਂ ਸਾਰੀ ਉਮਰ ਉਹਦੇ ਖਿਲਾਫ ਚੱਲੂ ਮੈਨੂੰ ਪਤਾ ਲੱਗ ਗਿਆ ਜਿਹਨੇ ਇਹ ਕੰਮ ਕੀਤਾ ਕਿਸੇ ਨੂੰ ਛੇੜਿਆ ਜਾਂ ਇੱਜ਼ਤ ਖਰਾਬ ਕੀਤੀ ਜਾਂ ਮਾਰਿਆ ਮੈਂ ਉਹਦੇ ਖਿਲਾਫ ਆਪਣਾ ਸਮਾਨ ਲੁੱਟ ਖੋ ਕਰੋ ਜਿੱਦਾਂ ਮਰਜ਼ੀ ਅਤੇ ਕਿਸੇ ਨੂੰ ਕਹਿਣਾ ਕੁਛ ਨਹੀਂ ਠੀਕ ਹੈ ਜੀ ਅਤੇ ਮੁਸਲਮਾਨਾਂ ਨੂੰ ਕਹਿੰਦਾ ਸੀ ਵੀ ਇੱਧਰ ਨਿਕਲੋ ਫਲਾਨੀ ਜਗ੍ਹਾ ਉੱਥੇ ਮੈਂ ਇੰਤਜ਼ਾਮ ਕਰਦਾ ਤੁਹਾਡਾ ਤੁਹਾਨੂੰ ਤੁਸੀਂ ਉੱਥੇ ਜਮ੍ਹਾਂ ਹੋ ਤਾਂ ਮੈਂ ਇਕੱਠੇ ਕਰਕੇ ਕੈਂਪ ਦੇ ਨਹੀਂ ਜਾਣਾ ਕੈਂਪ ਦੇ ਵਿੱਚ ਲੈ ਜਾਣਾ ਬਸ ਉੱਥੇ ਨੂੰ ਫਿਰ ਜਾਂਦੇ ਸੀ ਸਾਰੇ ਅਸੀਂ ਉਹ ਸਾਡੇ ਗਲੀ ਸੀ ਜਿਹੜੀ ਅਖੀਰ 'ਤੇ ਮਕਾਨ ਹੋਵੇ ਰਾਈਆਂ ਦਾ ਉੱਥੇ ਜਾ ਕੇ ਬੈਠੇ ਤੁਸੀਂ ਸਾਰੇ ਇਕੱਠੇ ਹੋ ਗਏ ਉੱਥੇ ਆਹੋ ਬੁੜੀਆਂ ਬੰਦੇ ਨਿਆਣੇ ਸਿਆਣਾ ਬੰਦਾ ਕੋਈ ਨਹੀਂ ਸੀ ਜਾਣੀ ਮੇਤੋਂ ਛੋਟੇ ਸੀ ਸਾਰੇ ਤੇ ਇੱਕ ਬੰਦਾ ਸਿਆਣੇ ਮੇਤੋਂ ਬਹੁਤੀ ਸਿਆਣੀ ਉਮਰ ਦਾ ਬੁੱਢਾ ਹਾਂਜੀ ਉਹ ਸ਼ਾਹਦੀਨ ਉਹਦਾ ਨਾਂ ਸੀ ਉਹ ਸੀ ਸ਼ਾਹਦੀਨ ਬਸ ਉਹ ਅੰਦਰ ਵੀ ਕਾਫੀ ਸੀ ਉੱਥੇ ਬੈਠੇ ਅਤੇ ਇੱਕ ਆਏ ਪਿੰਡ ਦੇ ਉਹ ਅੱਗੇ ਵਿਹੜੇ ਦੇ ਵਿੱਚ ਸੀ ਕੁੱਪ ਧੂੜੀ ਨੂੰ ਅੱਗ ਲਾ ਦਿੱਤੀ
अच्छा तूड़ी आ कुप बनते सी, मैं कुप वेखे आ हूँ तो इतने धड़ा बना लग पे तो पराली ला के ते कुप बनाना भी तूड़ी पानी। अच्छा कुप नू अग लाती उन्होंने? कुप नू अग ला के चले गए। कुप मुसलमाना दा सी? मुसलमाना दा। ठीक है, डराने लिए अग लाती भी इतने जेड़ा भी है निकल जाए। ये डर गए फिर सारे अंदर वाले जिन्हें सी असि तो निकल के आ तुरे तो माड़ा जहा इधर सगियां हवेलियां साड़ियां तो सड़क। हाँ जी। तो इदा खेत वेले सी कोई पट्ठे किसी से थोड़े बहुत खड़े किसी से बड़े हुए किसी से उगते सी अजे बारिशा पैंदियां सी। हाँ जी। उत्थों दी जद भजे तो मोहरे सड़क वाल रौला पाउण लग पाया कि आ टोला आ गया फड़ो उन्होंने फड़ो उन्होंने। ये तो सारे गए बाकी सारे निकल गए वालों ही गए उन्होंने फिर कहा था इन्होंने कुछ नहीं। हाँ जी। तो असी डर गए वो मुंडा मेरे नाल सी ताए का बेटा वो होगा पंजा छे साल। ठीक हो गया जी। तो उम्र 16-17 साल सी। हाँ मैं मुड़ के फिर उस अंदर बढ़ गया उस कमरे जाके दोबारा बैठ गया। आहो कड़ाहा सी पिया ओदे हेठ बढ़ गया कड़ाया गुड़ कढ़ने वाला। ओ मिंट पांच नहीं अजे हो जद नूं पिंड दे दो जने आए ओ कहिंदे कि इन्हां कड़ाहा आके रहियां लियांदा सी ऐतकीं। अच्छा जिहड़े दो बंदे आए कड़ाहा जिहड़े ओह मुसलमान नहीं सी सिख? सिख आए सी। आखे कड़ाहा चक्कीए इन्हां दा। हाँ जी। ऐस अंदर होणा। ठीक है जी। मैं फिर सोचिया भी हुण पता तो लगना ही है ना अभी असी कड़ाए थल्ले आ इन्हां ने कड़ाया तो चकना ही आ तो थल्ले निकल आवांगे। मैं बोलिया मैं कहा प्रीतू आ पिया कड़ा। अच्छा तुसी उन्हें जानते सी? हाँ पिंड ही सी। ठीक हो गया। आखे चंगा चकाओ साढ़े नाल बाहर कड़ाया डेहड़ी सी नाल। हाँ जी। और डेहड़ी दे विचों एक दे सिर ते फिर रखाया नाल हाथ मैं पवाया वो दूजा जिहड़ा खाली सी उहनूं मैं कहिंदा मैं कहा सानूं पानी तो पड़ाओ। हाँ जी। वह कहिंदा हुण पानी तुसीं की पीना ऐदा मेरे वाल मूँह करके कहना। अच्छा कहना हूँ तुम पानी की पीना? फिर असं अच्छा कराया लिया पानी इन्नी गल की कराया लिया तो चले गए तुम कुछ क्या नहीं हो कुछ नहीं। ठीक हो गया जी। असं फिर उतों भजे अस कि खड़िया नहीं मारी जाने जो कहना भी पानी की पीना। ठीक बस फिर तो तुम दोनों कल रह गए थे बाकी औरतों के बच्चे से सारे चले गए? चले गए। वो साडा बाप हवेली सी वो दादे साढ़े नूं बाहर खूहाल छड़ के मुड़ के उत्थे हवेली अलू आया तो घर दे बाकी सारे मिल पे उन्हां नूं भी लै गया उधर ही। ठीक इदा तो असी रह गए। हाँ जी। होर साढ़े ताए ताइयां सब चले गए उधर असी जद गए तो और राह लो फिर बंदे दो कहना कि आते दो जने वो ना लोग कुछ चक्की खिंची जाता एक ऐदा करते दौड़े मेरे वाल। ठीक। और मैं इमतना हो के तो छप्पड़ च बढ़ गया तो किकर हो गए ऐदा। अच्छा छप्पड़ पानी होंगे सी मंझा पानी पिलाई दा सी नहाई दा सी पिंडा च? हाँ हाँ जी। उत्थे छा हो गए तो पानी दे विच उत्थे बह गए तो छा पानी दी छावें हो गए। हाँ तो उन्हें दिसे ने फैर उन्हें एक एक दो किते वो मुड़ गया उन्हें दिसे नहीं सी। ठीक वो समझा भी गए असी बाद दे विच हौली हौली निकल गए। अगे रामा नंबरदार सिखां दा सी उहदी जमीन उधरले पासे सी बाहर। ठीक हो गए। उन्हें उत्थे ही मकान बनाए हुए सी चंगे जमीन अपनी जी जमीन अपनी जी उठ दस बंदे हो मुसलमान मुसलमान सत पहला उत्थे चले रामे ने उन्होंने पनाह दी सी। हाँ रामा सिख सी सिख रामे सिंह ने हाँ पनाह दी सी। हाँ तुसी भी उत्थे पहुंच गए साढ़े गए तो फिर वो कह लगा भी रोटी का इंतजाम कर दें असी तो तुसी चेड़ी च पड़ जाओ आ भी घर च तो आ के लभणगे तो बंदे ज्यादा होने रोकने औखे हो जाने चेड़ी के नाल ही राह जाता सी जडाली नूं। हाँ जी। वो लुटन खोह नाल
ਉੱਥੇ ਫਿਰਦੇ ਸੀ, ਸੜਕੇ ਆਉਂਦੇ ਕੋਈ ਜਾਂਦਾ ਕੋਈ ਆਉਂਦਾ ਇੱਦਾਂ। ਰੋਟੀ ਰਾਟੀ ਉਹਨਾਂ ਨੇ ਤਿਆਰ ਕਰ ਲਈ ਅਤੇ ਉਹ ਇੱਕ ਜਣਾ ਕਹਿੰਦਾ ਕਿ ਫਲਾਣੇ ਉੱਧਰ ਹੋ ਤਾਂ ਜਡਾੜੀ ਵਾਲੇ ਸਾਡੀ ਵੀ ਨਾ ਲੜ ਜਾਣ, ਮੱਝ ਚਰੀ 'ਚ ਵੜ ਗਈ ਨਾਲੇ ਹੌਲੀ ਦੇਣ ਕਹਿ ਦੇਣਾ ਆ ਜਾਓ ਆ ਜਾਓ ਜੇ ਬਾਹਰ ਆ ਜਾਓ ਵੀ ਉਹ ਤੁਹਾਨੂੰ ਸੱਦਣ ਲਈ ਕਹਿੰਦਾ ਸੀ ਸਾਡੀ ਮੱਝ ਚਰੀ 'ਚ ਵੜ ਗਈ ਆ ਇਹ ਨਾ ਲੈ ਜਾਓ। ਆਹੋ ਵੀ ਇਹ ਨਾ ਲੈ ਜਾਣ ਜਡਾੜੀ ਵਾਲੇ। ਅੱਛਾ ਅਤੇ ਨਾਲੇ ਤੁਹਾਨੂੰ ਆਵਾਜ਼ ਮਾਰ ਦਿੰਦੇ ਹੌਲੀ ਜਾਂਦੀ ਆ ਜਾਓ ਬਾਹਰ। ਵੀ ਉਹ ਖੜਾਕਾ ਜੋ ਆਉਂਦੇ ਆ ਅਤੇ ਹੁਣ ਉਹ ਉਹਨਾਂ ਨੂੰ ਪਤਾ ਨਾ ਲੱਗੇ ਅਤੇ ਤੁਹਾਨੂੰ ਇਸ਼ਾਰਾ ਦੇ ਦੇਣਾ ਬਾਹਰ ਆ ਜਾਓ। ਬਸ ਫਿਰ ਉਹ ਰੋਟੀਆਂ ਦੇਖ ਲਓ ਵੀ ਕਾਫੀ ਸੀਗੀਆਂ ਅਤੇ ਰੋਟੀ ਰੋਟੀ ਤਾਂ ਕਿਸੇ ਨਹੀਂ, ਐਵੇਂ ਥੋੜ੍ਹੀ ਬਹੁਤ ਖਾਧੀ। ਗੁੜ ਦੀਆਂ ਦੋ ਕੁ ਪਏ ਸੀਗੀਆਂ, ਮੈਂ ਤਾਂ ਚੱਕੀਆਂ, ਇੱਕ ਮੁੰਡੇ ਦੀ ਜੇਬ 'ਚ ਪਾਤੀ, ਇੱਕ ਮੈਂ ਰੱਖ ਲਈ। ਅੱਛਾ ਪਾਣੀ ਪੀ ਕੇ ਤਾਂ ਅੰਬ ਦਾ ਅਚਾਰ ਹੋਵੇ ਉਹ ਮਾੜਾ ਮਾੜਾ ਖਾਂਦਾ, ਠੀਕ ਹੋ ਗਿਆ। ਬਸ ਆਹ ਜਿੰਨਾ ਖਾਂਦੇ ਨੇ ਇੰਨਾ ਕੁ ਦਿਨ, ਜਦੋਂ ਚੜ੍ਹ ਗਿਆ ਉਦੋਂ ਸਾਨੂੰ ਫਿਰ ਕਿਹਾ ਵੀ ਹੁਣ ਪਿੰਡ ਦੇ ਨੇ ਸਾਡੇ ਆ ਲਾਉਣਾ ਅਤੇ ਤੁਸੀਂ ਹੁਣ ਚਲੇ ਜਾਓ ਆਪਣੇ, ਤੁਹਾਡੇ ਜਿਹੜੇ ਖੂਹ ਆ ਉਹਨਾਂ ਦੇ ਅਗਲੇ ਲੈਨੋਂ ਪਾਰਲੇ ਪਾਸੇ ਜਿਹੜੀ ਜਗ੍ਹਾ ਮਿਲੀ ਪਈ ਆ ਉੱਥੇ ਜੈਲਦਾਰ ਇਕੱਠੇ ਕਰੀ ਬੈਠਾ, ਦੇਗਾਂ ਪਕਾਉਂਦੇ ਆ ਤਾਂ ਉੱਥੇ ਚਲੇ ਜਾਓ ਤੁਸੀਂ। ਫਿਰ ਉਹ ਸੜਕ ਇੱਕ ਜਾਂਦੀ ਸੀਗੀ ਮੇਲੀ ਪਿੰਡ, ਮੇਲੀ ਉਹ ਵੀ ਜੱਟਾਂ ਦਾ ਸੀ ਸਿੱਖਾਂ ਦਾ, ਠੀਕ ਹੋ ਗਿਆ। ਉਹ ਬਾਕੀ ਤਾਂ ਬੰਦੇ ਸਾਰੇ ਭਜਨ ਉੱਠ ਕੇ ਨਿਕਲਣ ਨੁਕਲ ਗਏ ਅਤੇ ਇੱਕ ਬੁੜਾ ਹੋਵੇ ਅਤੇ ਨਾਲ ਅਸੀਂ, ਸਾਨੂੰ ਖੈਰ ਉਹਨਾਂ ਨੂੰ ਫੜਿਆ ਤਾਂ ਨਹੀਂ ਵੀ ਫੜ ਲਿਆ, ਉੱਦਾਂ ਹੀ ਖੜ੍ਹ ਗਏ। ਉਹ ਕਹਿਣ ਲੱਗੇ ਵੀ ਆਹ ਜਿਹੜੇ ਦੋ ਬੰਦੇ ਬਰਛਿਆਂ ਵਾਲੇ ਗਏ ਉਹਨਾਂ ਨੂੰ ਕੋਲੋਂ ਬਰਛਾ ਲੈ ਕੇ ਦੇ। ਅੱਛਾ ਤੁਹਾਡੇ ਨਾਲ ਦੋ ਬੰਦੇ ਉਹ ਵੀ ਸੀ ਜਿਹਨਾਂ ਕੋਲ ਬਰਛੇ ਸੀਗੇ? ਹਾਂ, ਉਹ ਇਹ ਬੁੜਾ ਜਿਹੜਾ ਸਾਡੇ ਨਾਲ ਸੀ ਇਹਦੇ ਪੁੱਤਰ ਸੀ। ਉਹਦੇ ਪੁੱਤਰ ਸੀ, ਤੁਸੀਂ ਤਿੰਨ ਜਣੇ ਸੀ ਜਾਂ ਜ਼ਿਆਦਾ ਬੰਦੇ ਸੀ? ਅਸੀਂ ਤਿੰਨ ਹੀ ਜਿਹੜੇ, ਇੱਕ ਤੁਸੀਂ ਇੱਕ ਤੁਹਾਡੇ ਤਾਏ ਦਾ ਮੁੰਡਾ ਤੇ ਇੱਕ ਬਾਬਾ। ਬਾਬੇ ਦਾ ਨਾਮ ਯਾਦ ਆ? ਉਹਦਾ ਨਾਮ ਇਸਮਾਈਲ। ਇਸਮਾਈਲ, ਠੀਕ ਹੋ ਗਿਆ ਜੀ। ਇਸਮਾਈਲ ਨੇ ਆਪਣੇ ਪੁੱਤਰਾਂ ਨੂੰ ਆਵਾਜ਼ ਨਹੀਂ ਮਾਰੀ? ਆਵਾਜ਼ ਮਾਰੀ, ਉਹ ਨਹੀਂ ਬੋਲਦੇ, ਉਹ ਲੁਕ ਲੁਕ ਗਏ। ਇਹਦੇ ਮੂੰਹੋਂ ਨਿਕਲਿਆ ਕਿ ਵੀ ਪੁੱਤ ਤਾਂ ਮੇਰੇ ਹੀ ਆ, ਵੀ ਉਹ ਨਹੀਂ ਆਉਂਦਾ ਹੁਣ ਮੈਂ ਕੀ ਕਰਾਂ, ਤੁਸੀਂ ਫੜ ਲਓ ਜਾ ਕੇ ਬੇਸ਼ੱਕ ਉਹਨਾਂ ਨੂੰ ਮਾਰ ਦਿਓ ਬੇਸ਼ੱਕ, ਠੀਕ ਹੋ ਗਿਆ। ਉਹ ਸਿੱਖ ਬੁੜਾ ਇੱਕ ਹੋਵੇ ਵਿੱਚ ਅਤੇ ਉਹ ਕਹਿੰਦਾ ਵੀ ਤੁਸੀਂ ਮਾਰ ਕੇ ਕੀ ਲੈਣਾ? ਹਾਂਜੀ, ਜੇ ਤਾਂ ਇਹਨਾਂ ਦੇ ਕੋਲ ਆ ਕੁਛ ਪੈਸੇ ਜਾਂ ਕੋਈ ਚੀਜ਼ ਜਾਂ ਕੋਈ ਹਥਿਆਰ, ਹਾਂ ਵੀ ਉਹ ਨਹੀਂ ਦਿੰਦੇ ਤਾਂ ਫਿਰ ਤਾਂ ਮਾਰੋ, ਜਦ ਇਹਨਾਂ ਦੇ ਕੋਲ ਹੀ ਕੁਛ ਨਹੀਂ, ਸਾਰਾ ਕੁਛ ਦੇਈ ਜਾਂਦੇ ਆ ਜੋ ਹੈਗਾ, ਛੱਡ ਦਿਓ ਛੱਡ ਦਿਓ। ਮਤਲਬ ਉਸ ਟਾਈਮ ਤੁਸੀਂ ਮੌਤ ਨੂੰ ਲਾਗਿਓ ਵੇਖਿਆ ਬਹੁਤ? ਬਸ ਅਸੀਂ ਉੱਥੋਂ ਫਿਰ ਉਹਨਾਂ ਨੂੰ ਛੱਡਿਆ, ਫਿਰ ਜਾ ਰਲੇ ਅਸੀਂ ਉੱਥੇ ਜੈਲਦਾਰ, ਫਿਰ ਸਾਨੂੰ ਬਾਅਦ ਦੇ ਵਿੱਚ ਲੈ ਕੇ ਤੁਰਿਆ ਦੋਨੋਂ ਪੇਪਰ। ਉਹ ਟ੍ਰੇਨ ਦੀ ਲਾਈਨ ਦੇ ਨਾਲ ਨਾਲ ਹੀ ਫਿਰ ਅਸੀਂ ਫਗਵਾੜੇ ਆ ਕੇ ਸੜਕ, ਬੱਸਾਂ ਵਾਲੀ ਸੜਕ ਹੋਵੇ ਇੱਦਾਂ। ਅੱਛਾ, ਲੁਧਿਆਣੇ ਫਲੋਰ ਅਤੇ ਦਿੱਲੀ ਵੱਲੋਂ ਜਾਂਦੀ ਜਿਹੜੀ, ਠੀਕ ਹੋ ਗਿਆ ਜੀ। ਅਤੇ ਇਹ ਜਾਂਦੀ ਸੀ ਨਵੇਂ ਸ਼ਹਿਰ ਨੂੰ ਇੱਥੋਂ ਜਿੱਥੇ ਅਸੀਂ ਜਾ ਕੇ ਬਹਿ ਗਏ, ਠੀਕ ਹੈ ਜੀ। ਅਸੀਂ ਉਹ ਨੀਵਾਂ ਥਾਂ ਥੱਲੇ ਖੇਤ 'ਚ ਬਹਿ ਗਏ, ਦਰਾਫਤ ਬਹੁਤ ਸੀ ਅਤੇ ਉੱਥੇ ਛਾਵੇਂ ਬਹਿ ਗਏ ਅਤੇ ਇਹ ਦੋਵੇਂ ਪੇਪਤ ਖੜ੍ਹੇ ਜੈਲਦਾਰ ਅਤੇ ਉਹਦਾ ਮੁੰਡਾ ਸੜਕ 'ਤੇ, ਪਿੱਛੋਂ ਆਈਆਂ ਦੀਪਾਂ ਤਿੰਨ। ਉਹਨਾਂ ਨੂੰ ਇਹਨਾਂ ਨੇ ਦਿੱਤਾ ਹੱਥ, ਉਹਨਾਂ ਨੇ ਉੱਥੇ ਹੀ ਰੋਕ ਕੇ ਅਤੇ ਗੰਨਾ ਇਹਨਾਂ ਵੱਲੋਂ ਕਰ ਲਈਆਂ ਸਿੱਧੀਆਂ। ਉਹ ਡਰ ਗਏ ਕਿ ਅੱਗੇ ਕੋਈ ਲੁੱਟਣ ਵਾਲੇ ਖੜ੍ਹੇ? ਹਾਂ, ਉਹ ਸੀ ਮੁਸਲਮਾਨ ਜੀਪਾਂ ਵਾਲੇ, ਹਾਂ ਠੀਕ ਹੋ ਗਿਆ। ਅਤੇ ਇਹ ਸੀ ਸਿੱਖ, ਇਸ 'ਤੇ ਉਹ ਡਰ ਗਿਆ। ਅੱਛਾ, ਜੈਲਦਾਰ ਸਿੱਖ ਸੀਗਾ ਜਿਹੜਾ ਤੁਹਾਨੂੰ ਲੈ ਕੇ ਜਾ ਰਿਹਾ ਸੀ? ਹਾਂ, ਇਹਨਾਂ ਨੇ ਫਿਰ ਆਪਣੀਆਂ ਬੰਦੂਕਾਂ ਦੋਵੇਂ ਰੱਖ ਕੇ ਅਤੇ ਉਹਨਾਂ ਵੱਲੋਂ ਤੁਰ ਪਿਆ ਹੱਥ ਇੱਦਾਂ ਕਰਕੇ, ਠੀਕ ਹੋ ਗਿਆ ਵੀ ਅਸੀਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ, ਸਾਨੂੰ ਗੱਲ ਕਰ ਲਓ। ਉਹ ਜਦੋਂ ਨੇੜੇ ਆ ਗਏ ਤਾਂ ਉਹਨਾਂ ਨੇ ਫਿਰ ਕਿਹਾ ਵੀ ਕੀ ਗੱਲ ਆ ਕਿ ਵੀ ਮੈਂ ਇਹਨਾਂ ਨੂੰ ਕੈਂਪ ਦੇ ਵਿੱਚ ਛੱਡਣ ਚੱਲਿਆ ਸੀ। ਅੱਛਾ, ਛਾਉਣੀ, ਠੀਕ ਹੋ ਗਿਆ। ਅਤੇ ਇਹ
ਤੁਸੀਂ ਜੇ ਇਹਨਾਂ ਦੀ ਹੁਣ ਮਦਦ ਕਰਦੇ ਹਾਂ ਤਾਂ ਅਸੀਂ ਮੁੜ ਜਾਈਏ। ਉਹ ਕਹਿਣਗੇ ਠੀਕ। ਉਹਦਾ ਨਾਮ ਵੀ ਉਹਨਾਂ ਨੇ ਲਿਖਿਆ ਵੇ ਅਤੇ ਸਾਨੂੰ ਕਿਹਾ ਵੀ ਤੁਸੀਂ ਜਿਹੜਾ ਬਿਲਕੁਲ ਸਿਆਣਾ ਬੁੜਾ ਜਾਂ ਬੁੜੀ ਤੁਰ ਨਹੀਂ ਸਕਦੇ, ਚੱਕਣੇ ਪੈਂਦੇ ਆ ਅਤੇ ਉਹ ਜੀਪ ਦੇ ਵਿੱਚ ਬਹਿ ਜਾਓ। ਠੀਕ ਹੋ ਗਿਆ। ਉਹ ਦਾਦੀ ਮੇਰੀ ਨੂੰ ਬਿਠਾ ਕੇ ਤਾਂ ਮੈਨੂੰ ਅੱਛਾ ਦਾਦੀ ਉਹ ਤੁਸੀਂ ਇਕੱਠੇ ਹੋ ਗਏ ਸੀ ਸਾਰੇ ਹੀ ਆਪਣੇ ਘਰ ਵਾਲੇ? ਦਾਦੀ ਅੱਬਾ ਸਾਰੇ ਨਾਲ ਹੀ ਸੀ। ਠੀਕ। ਮੈਨੂੰ ਨਾਲ ਬਿਠਾ ਦਿੱਤਾ। ਹਾਂਜੀ। ਇਹਦੇ ਕੋਲ ਦਾਦੀ ਦੇ ਅਤੇ ਕੁਛ ਬੰਦੇ ਪਹਿਲੀ ਜੀਪ ਦੇ ਮਗਰ, ਫਿਰ ਵਿਚਾਲੇ ਇੱਕ ਜੀਪ ਅਤੇ ਕੁਝ ਫਿਰ ਮਗਰ ਬੰਦੇ ਅਤੇ ਮਗਰ ਇੱਕ ਅਖੀਰ 'ਤੇ ਉਹ ਪੈਦਲ ਪੈਦਲ ਤੁਰ ਪਏ। ਹਾਂ, ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਆਸਤੇ ਚੱਲਾਂਗੇ, ਤੁਸੀਂ ਨਾਲ ਨਾਲ ਤੁਰੇ ਨਾਲ ਨਾਲ ਤੁਰੇ ਚੱਲੋ ਅਤੇ ਕੋਈ ਫਿਕਰ ਵਾਲੀ ਗੱਲ ਨਹੀਂ। ਠੀਕ ਹੈ ਜੀ। ਅਸੀਂ ਨਾਲ ਉਹ ਜਦ ਨੇੜੇ ਆ ਗਿਆ ਛਾਉਣੀ ਦੇ ਤਾਂ ਜਰਾ ਤੇਜ਼ ਕਰ ਲਈ, ਸਾਨੂੰ ਆ ਕੇ ਛਾਉਣੀ ਉਤਾਰ ਦਿੱਤਾ। ਠੀਕ ਹੈ। ਉਹ ਪਿੱਛੋਂ ਜਿੱਦਾਂ ਹੁਣ ਆਪਣੇ ਫੈਕਟਰੀ ਆ, ਇੰਨੇ 4-5 ਕਿੱਲੇ ਪਿੱਛੇ ਰਹਿ ਗਏ। ਆਹੋ, ਉਹ ਪਿੰਡ ਸੀ ਇਹਨੂੰ ਲੈਣੋ ਪਾਰ ਦਕੋਹਾ, ਦਕੋਹਾ ਜਿੱਥੇ ਦਾ ਜ਼ਿਆ ਸੀ। ਅੱਛਾ, ਜ਼ਿਆ ਜਿਹੜਾ ਆਪਣਾ ਜਨਰਲ ਸੀਗਾ ਉਹ ਦਕੋਹਾ ਪਿੰਡ ਦਾ ਸੀ? ਦਕੋਹਾ ਉਹ ਵੀ ਇੰਡੀਆ ਦੀ ਪੈਦਾਇਸ਼ ਸੀ ਉਹਦੀ ਨਾ, ਜ਼ਿਆ ਦੀ ਵੀ? ਹਾਂ। ਠੀਕ ਹੈ। ਇਹ ਉਹ ਸਾਰਾ ਪਿੰਡ ਰਾਈਆਂ ਦਾ ਸੀ, ਦਕੋਹਾ ਸਾਰਾ ਪਿੰਡ ਰਾਈਆਂ ਦਾ, ਜ਼ਿਆ ਵੀ ਰਾਈ ਸੀਗਾ। ਲਓ ਜੀ, ਦਿਨ ਛਿਪ ਗਿਆ ਅਤੇ ਅਸੀਂ ਕਿਹਾ ਵੀ ਲੈ ਵੀ ਅੱਗੇ ਤਾਂ ਮਿਲ ਗਏ ਸੀ ਸਾਰੇ, ਇਕੱਠੇ ਹੋ ਗਏ ਸੀ ਵੀ ਹੁਣ ਨਵਾਂ ਰੌਲਾ ਪਿਆ, ਹੁਣ ਪਤਾ ਨਹੀਂ ਇਕੱਠੇ ਹੋਣਾ ਕਿ ਨਹੀਂ। ਠੀਕ। ਸਾਰੀ ਰਾਤ ਜਾਗਦਿਆਂ ਦੀ ਲੰਘੀ। ਤੁਸੀਂ ਤੇ ਤੁਹਾਡੀ ਦਾਦੀ ਤੁਹਾਡੇ ਨਾਲ ਸੀ? ਹਾਂ। ਖਾਣ ਪੀਣ ਨੂੰ ਕੁਛ ਲੱਭਾ ਉੱਥੇ? ਚੌਲ ਥੋੜ੍ਹੇ ਥੋੜ੍ਹੇ ਦਿੱਤੇ, ਨਮਕੀਨ ਅਤੇ ਮਿੱਠੇ। ਅੱਛਾ। ਉਹ ਖਾਧੇ ਕੁਛ, ਦਾਦੀ ਮੇਰੀ ਨੇ ਰੱਖ ਲੈ, ਫਿਰ ਖਾਵਾਂਗੇ, ਫਿਰ ਸਵੇਰ ਨੂੰ ਖਾ ਲਵਾਂਗੇ। ਜਦ ਅੱਜ ਇੰਨਾ ਖਾਣ ਦਿਨ ਚੜ੍ਹਿਆ, ਇੰਨੇ ਕੁ ਦਿਨ ਚੜ੍ਹੇ ਤੇ ਸੁਬਹ 8-9 ਵਜੇ। ਹਾਂ, ਉਹ ਆਇਆ ਗੱਡੀ, ਉਹੀ ਜੀਪ ਵਾਲਾ ਆਇਆ, ਜੀਪ ਵਾਲਾ। ਅਤੇ ਮੈਂ ਉਹ ਸਿਆਣ ਲਿਆ ਵੀ ਇਹ ਹੀ ਗੱਡੀ ਸੀ ਅਤੇ ਇਹੋ ਹੀ ਬੰਦਾ ਸੀ। ਹਾਂਜੀ। ਮੈਂ ਭੱਜ ਕੇ ਉਹਦੇ ਕੋਲ ਹੋਇਆ, ਮੈਂ ਕਿਹਾ ਤੁਸੀਂ ਸਾਨੂੰ ਕੱਲ੍ਹ ਫਗਵਾੜਿਓਂ ਲੈ ਕੇ ਆਏ ਹਾਂ, 3 ਜੀਪਾਂ ਸੀ ਅਤੇ ਅਸੀਂ ਦੋਵੇਂ ਦਾਦੀ ਅਤੇ ਮੈਂ ਤੁਹਾਡੇ ਵਾਲੀ ਜੀਪ ਦੇ ਵਿੱਚ ਸੀ, ਬਾਕੀ ਬੰਦੇ ਸਾਡੇ ਕੋਈ ਵੀ ਨਹੀਂ ਲੱਭਦਾ ਇੱਥੋਂ। ਹਾਂਜੀ। ਉਹ ਕਹਿੰਦਾ ਗੱਡੀ 'ਚ ਬੈਠੋ, ਫਿਰ ਗੱਡੀ 'ਚ ਬਿਠਾ ਲਿਆ। ਇੱਕ ਬੰਦਾ ਸੀ ਹੋਰ, ਉਹਨ ਆਸਰਾ ਕਰਾਇਆ ਨਾਲ ਬਿਠਾ ਲਿਆ। ਠੀਕ ਹੋ ਗਏ। ਬਹਿ ਗਏ। ਹੁਣ ਉੱਥੇ ਜਾ ਕੇ ਅਤੇ ਦਾਦੀ ਨੂੰ ਬਿਠਾ ਦਿੱਤਾ। ਕਿੱਥੇ ਲੈ ਗਿਆ ਤੁਹਾਨੂੰ? ਦਕੋਹੇ ਪਿੰਡ ਲੈ ਗਿਆ, ਜਿੱਥੇ ਤੁਹਾਨੂੰ ਉਹ ਰਾਤੀ ਜਿੱਥੇ ਉਹ ਗਏ ਸੀ ਸਾਰੇ। ਹਾਂ, ਰਾਈਆਂ ਵਾਲਾ ਪਿੰਡ ਜੀ। ਹਾਂ, ਰਾਈਆਂ ਵਾਲਾ ਛੱਡੋ, ਜ਼ਿਆ ਦਾ ਪਿੰਡ। ਜ਼ਿਆਦਾ ਉੱਥੇ ਬਹਿ ਗਏ। ਆਖੇ ਦਾਦੀ ਤੇਰੀ ਇੱਥੇ ਬੈਠੀ ਰਹੇ। ਹਾਂਜੀ। ਅਤੇ ਮੈਂ ਅੱਧੇ ਅੱਧੇ ਘੰਟੇ ਬਾਅਦ, ਪੌਣੇ ਘੰਟੇ ਬਾਅਦ ਕੀੜੇ ਮਾਰਦਾ, ਕਦੇ ਉੱਧਰ ਕਦੇ ਇੱਧਰ। ਠੀਕ ਹੈ ਜੀ। ਜੇ ਤਾਂ ਤੂੰ ਅਖੇ ਇਹਨੂੰ ਇੱਥੇ ਹੀ ਰਹਿਣ ਦੇ ਤਾਂ ਤੂੰ ਲੱਭ ਲਾ, ਜੇ ਤਾਂ ਲੱਭ ਪਏ ਤਾਂ ਇਹਨੂੰ ਲੈ ਜਾਈਂ। ਠੀਕ ਹੈ। ਅਤੇ ਮੈਂ ਆਪੇ ਹੀ ਸਮਝ ਲੈਣਾ ਵੀ ਲੱਭ ਇਹਨੂੰ ਲੱਭ ਗਏ, ਅਤੇ ਜੇ ਇਹ ਬੈਠੀ ਹੋਈ ਤੁਸੀਂ ਇਹਦੇ ਕੋਲ ਆ ਕੇ ਬੈਠੀ ਤਾਂ ਮੈਂ ਤੁਹਾਨੂੰ ਫਿਰ ਲੱਭ ਕੇ ਦਊਂ, ਜਾਂ ਇੱਥੋਂ ਲੱਭੂ ਜਾਂ ਉੱਥੋਂ ਦੂਸਰੀ ਸਾਈਡ ਤੋਂ। ਹਾਂ। ਉਹ ਬਸ ਐਵੇਂ ਥੋੜ੍ਹੀ ਵਾਰ ਦੇਖਿਆ ਅਤੇ ਇੱਕ ਥਾਂ ਇਹ ਬੈਠੇ ਉੱਥੇ, ਫਿਰ ਮੈਂ ਬਾਪ ਆਪਣੇ ਨੂੰ ਕਿਹਾ ਵੀ ਉਹ ਦਾਦੀ ਬੈਠੀ, ਉਹਨੂੰ ਲੈ ਸਫ਼ਰ ਲੈ ਗਿਆ। ਦਿਨ ਫਿਰ ਹੈ ਥੋੜ੍ਹਾ ਜਿਹਾ, ਸ਼ਾਮ ਹੋ ਗਈ, ਅਸਰਕ ਦਾ ਗੇੜ। ਠੀਕ। ਕੋਲ ਕੁਛ ਨਹੀਂ ਸੀ ਅਤੇ ਇੱਥੋਂ ਛਾਉਣੀਓ ਲੈਣ ਆ ਜਾਂਦੀ ਸੀਗੀ ਹੁਸ਼ਿਆਰਪੁਰ ਵੱਲ ਨੂੰ, ਸਟੇਸ਼ਨ ਧੋਬੜੀ, ਕਾਲਾ ਬੱਕਰਾ, ਆਦਮਪੁਰ, ਇੱਦਾਂ ਇਹੋ ਜਿਹਾ ਸਟੇਸ਼ਨ ਆਉਂਦੇ ਉਹਦੇ 'ਤੇ। ਉਹ ਲੈਣ ਟੱਪ ਕੇ ਪੂਨਪੁਰ ਪਿੰਡ ਸੀ ਰਾਈਆਂ ਦਾ। ਪੂਨਪੁਰ? ਠੀਕ ਹੈ ਜੀ।
ਉਹ ਬੈਠਾ ਸੀ ਸਾਰਾ ਹੀ ਪਿੰਡ ਉਹ ਨਹੀਂ ਉੱਠੇ ਉਹ ਨਹੀਂ ਸੀ ਉੱਠੇ ਜੀ ਠੀਕ ਉੱਥੇ ਸੀ ਮਾਸੀ ਸਾਡੀ ਅੱਛਾ ਪੂਨਪੁਰ ਤੁਹਾਡੀ ਮਾਸੀ ਜੀ ਮੇਰੀ ਰਹਿੰਦੀ ਹਾਂ ਮੈਂ ਕਿਹਾ ਵੀ ਉੱਥੋਂ ਲਿਆਈਏ ਕੁਝ ਖਾਣ ਪੀਣ ਨੂੰ ਆਹੋ ਟੋਕਟਾ ਕੁਛ ਲਿਆਈਏ ਅਸੀਂ ਉਹ ਲੈਣ ਟੱਪ ਕੇ ਤਾਂ ਜਦ ਪਿੰਡ ਦੇ ਨੇੜੇ ਗਏ ਹੈ ਨਾ ਫਿਰ ਕਿੱਲਾ ਕੁ ਪਿੱਛੇ ਹੋਵਾਂਗੇ ਕਿੱਲਾ ਦੋ ਕਿੱਲੇ ਲਾ ਲਓ ਅਤੇ ਉੱਥੇ ਇੱਕ ਬੰਦਾ ਅਜਾਣ ਲੱਗ ਪਈ ਹੋਣ ਮਗਰਬੀ ਉਹ ਕਹਿੰਦਾ ਵੀ ਤੁਸੀਂ ਕੌਣ ਆ ਅਤੇ ਕਿੱਥੋਂ ਆਏ ਆ ਅਸੀਂ ਕਿਹਾ ਵੀ ਪਿੰਡ ਤਾਂ ਖੋਥੜਾਂ ਸੀ ਅਤੇ ਵੀ ਇੱਥੇ ਕੈਂਪ ਦੇ ਵਿੱਚ ਅੰਦ ਖੋਹੇ ਹੁਣ ਕਿੱਥੇ ਅਸੀਂ ਕਿਹਾ ਫਲਾਨੇ ਘਰ ਜਾਣਾ ਉਹ ਆਖੇ ਕੀ ਲੱਗਦੇ ਤੁਹਾਡੇ ਦੱਸਿਆ ਵੀ ਸਾਡੇ ਰਿਸ਼ਤੇਦਾਰ ਠੀਕ ਹੈ ਜੀ ਅਸੀਂ ਕੀ ਕਰਨ ਕੀ ਜਾਣਾ ਮਿਲਣ ਜਾਣਾ ਮੈਂ ਕਿਹਾ ਮਿਲਣ ਵੀ ਕੋਲ ਸਾਡੇ ਕੁਛ ਨਹੀਂ ਅਸੀਂ ਆਟਾ ਦਾਣਾ ਕੁਛ ਉੱਥੋਂ ਲਿਆ ਕੋਈ ਖਾਣ ਪੀਣ ਨੂੰ ਲੈਣ ਚੱਲੇ ਹਾਂ ਉਹ ਕਹਿੰਦਾ ਵੀ ਚਲੇ ਤਾਂ ਜਾਓ ਫਿਰ ਅਤੇ ਮੁੜ ਕੇ ਨਹੀਂ ਤੁਸੀਂ ਜਾ ਸਕਦੇ ਸੂਰਜ ਨਿਕਲੇ ਅਤੇ ਬਾਅਦ ਸਵੇਰ ਹੋ ਗਈ ਤਾਂ ਜਾਣਾ ਰਾਤ ਉੱਥੇ ਹੀ ਰਹਿਣਾ ਰਾਤ ਉੱਥੇ ਘਰੇ ਹੀ ਉੱਥੇ ਰਹੋ ਹਾਂਜੀ ਅਤੇ ਪਿੰਡ ਵਾਲਿਆਂ ਨੂੰ ਮਸ਼ਵਰਾ ਕੀਤਾ ਹੈ ਵੀ ਸੂਰਜ ਛਿਪੇ ਅਤੇ ਬਾਅਦ ਜਿਹੜਾ ਬਾਹਰ ਦੇਖੋ ਜਿਹੜਾ ਪਿੰਡ ਦੇ ਆਲੇ ਦੁਆਲੇ ਨਜ਼ਰ ਆਵੇ ਹਾਂ ਭਾਵਾਂ ਪਿੰਡ ਦਾ ਹੀ ਹੋਵੇ ਫੈਰ ਮਾਰ ਜਾ ਠੀਕ ਹੈ ਜੀ ਅਤੇ ਸੂਰਜ ਨਿਕਲੇ ਅਤੇ ਬਾਅਦ ਜਿਹੜਾ ਮਰਜ਼ੀ ਬਾਹਰ ਜਾਵੇ ਠੀਕ ਅਸੀਂ ਫਿਰ ਸੋਚਿਆ ਵੀ ਰਾਤ ਰਹੇ ਤਾਂ ਪਿਛਲੇ ਤਾਂ ਫਿਕਰ ਕੀ ਪਿਛਲਿਆਂ ਨੇ ਪਰੇਸ਼ਾਨ ਹੋ ਜਾਣਾ ਪਤਾ ਨਹੀਂ ਕੀ ਬਣੀ ਉੱਥੇ ਹੀ ਮੁੜ ਗਿਆ ਆਟਾ ਦਲੀਆ ਨਹੀਂ ਲਿਆ ਉੱਥੇ ਪਿੱਛੇ ਨੂੰ ਟੁਰ ਪਏ ਰਾਤ ਰਹੇ ਉਵੇਂ ਹੀ ਭੁੱਖੇ ਹੀ ਭੁੱਖੇ ਹੀ ਅੱਗੇ ਵੀ ਭੁੱਖੇ ਹੀ ਉਹ ਕੈਂਪ ਜਿਹੜਾ ਸੀ ਲੱਗਾ ਉਹਨਾਂ ਨੇ ਕੋਈ ਖਾਣਾ ਖੁਣਾ ਨਹੀਂ ਦਿੱਤਾ ਜੀ ਨਹੀਂ ਉੱਥੇ ਕੋਈ ਕੁਛ ਨਹੀਂ ਕੋਈ ਬੰਦੋਬਸਤ ਨਹੀਂ ਸੀਗਾ ਕਮਾਦ ਮੇਰਾ ਖਿਆਲ ਆ ਵੀ ਕੋਈ ਲੇਕ ਦਾ ਹੀ ਗੇੜ ਹੋ ਇੱਦਾਂ ਲੱਗ ਗਈ ਅਤੇ ਉਹ ਬਸ ਇੰਨਾ ਹੀ ਸਗਾ ਠੀਕ ਹੋ ਗਈ ਨਿੱਕਾ ਨਿੱਕਾ ਤਿੰਨ ਚਾਰ ਚਾਰ ਪੋਰਾਂ ਪੰਜ ਪੰਜ ਕੱਚਾ ਕਰਨਾ ਕੱਚੇ ਸਵਾ ਹਜ਼ਾਰ ਕੈਂਪ ਵਾਲਿਆਂ ਨੇ ਚੂਪ ਚਾਪ ਗਏ ਦਿਨ ਚੜ੍ਹਿਆ ਤਾਂ ਫਿਰ ਮੈਂ ਤਾਂ ਮਾਈ ਮੇਰੀ ਇੱਕ ਗਲੀ ਦੇ ਵਿੱਚ ਬੜੇ ਡਗੋਏ ਠੀਕ ਹੋ ਗਿਆ ਉਹ ਪੰਜ ਚਾਰ ਕੁ ਘਰ ਛੱਡ ਕੇ ਅਤੇ ਅੱਗੇ ਘਰ ਇੱਕ ਉੱਥੇ ਇੱਕ ਲੜਕੀ ਚੰਗੀ ਜਵਾਨ ਉਹ ਖੜੀ ਕਹਿੰਦੀ ਹੈ ਕਿ ਤੁਸੀਂ ਕੈਂਪ 'ਚੋਂ ਆਏ ਹਾਂ ਕਿਹੜਾ ਪਿੰਡ ਤੁਹਾਡਾ ਅਸੀਂ ਦੱਸਿਆ ਵੀ ਆਹ ਪਿੰਡ ਸੀ ਸਾਡਾ ਖੋਥੜਾ ਅਤੇ ਕੋਲ ਸਾਡੇ ਕੁਛ ਨਹੀਂ ਕਹਿੰਦੀ ਠਹਿਰੋ ਤੁਸੀਂ ਇੱਥੇ ਮੈਂ ਦਿੰਦੀ ਹਾਂ ਕੁਛ ਹੁਣ ਜੀ ਪੀਪਾ ਇੱਕ ਸਾਲਮ ਪੀਪਾ ਵੀ ਢੱਕਣ ਵਾਲਾ ਕੁੰਡੀ ਜਿਹੜੀ ਲੱਗ ਹਲਕੇ ਦਾ 16 ਲੀਟਰ 16 ਕਿਲੋ ਵਾਲਾ ਪੀਪਾ ਜਿਹੜਾ ਹੁੰਦਾ ਸੀ ਆ ਇਹਨਾਂ ਨੂੰ ਢੱਕਣ ਲਵਾ ਲੈਂਦੇ ਹੁੰਦੇ ਸੀ ਘੇ ਕੱਢ ਲਿਆ ਮੁੜ ਕੇ ਢੱਕਣ ਲਵਾ ਲਿਆ ਚੀਜ਼ਾਂ ਰੱਖਣ ਨੂੰ ਹਾਂਜੀ ਉਹ ਭਰ ਕੇ ਦਿੱਤਾ ਆਟੇ ਦਾ ਠੀਕ ਹੋ ਗਿਆ ਜੀ ਇੱਕ ਤਵਾ ਪੁਰਾਣਾ ਤਵਾ ਦੇ ਦਿੱਤਾ ਉਹਨੇ ਉਹ ਦੇ ਦਿੱਤਾ ਅਤੇ ਇੱਕ ਡੱਬਾ ਐਡਾ ਖੋਵੇ ਟੋਫੀਆਂ ਟੂਫੀਆਂ ਵਾਲੇ ਡੱਬੇ ਆਉਂਦੇ ਖਾਲੀ ਉਹਦੇ ਵਿੱਚ ਅਚਾਰ ਅਚਾਰ ਦੇ ਦਿੱਤਾ ਚਲੋ ਰੋਟੀ ਖਾ ਲੈਣਗੇ ਹਾਂ ਅਤੇ ਗੁੜ ਥੋੜ੍ਹਾ ਜਿਹਾ ਉਹ ਕੱਪੜਾ ਇੱਕ ਉਹਦੇ ਵਿੱਚ ਬੰਨਦਾ ਸਹੀ ਦੋ ਕੁ ਕਿਲੋ ਦਾ ਗੇੜ ਉਹ ਚਾਹ ਬਣਾ ਲਈ ਜਾਂ ਪਾਣੀ ਬਣਾ ਲਿਆ ਜੋ ਵੀ ਹੈ ਨਾਲ ਖਾ ਲਿਆ ਇਹ ਦਿੱਤਾ ਅਸੀਂ ਰਹੇ 7 ਦਿਨ ਉੱਥੇ ਉੱਥੇ ਦਕੋਹੇ ਪਿੰਡ 'ਚ ਸੱਤ ਦਿਨ ਕੈਂਪ 7 ਦਿਨ ਲਗਾ ਰਿਹਾ ਮਗਰੋਂ ਵੀ ਬਾਅਦ 'ਚ ਵੀ ਲੱਗਾ ਰਿਹਾ ਲੇਕਿਨ ਤੁਹਾਨੂੰ ਉੱਥੋਂ 7 ਦਿਨ ਤੋਂ ਬਾਅਦ ਲਿਆ ਆਹੋ ਜਾਣੀ ਫਿਰ ਸਾਡੇ ਕੋਲ ਕੁਛ ਨਾ ਰਿਹਾ ਉਹ ਵੀ ਮੁੱਕ ਗਿਆ ਰਾਸ਼ਨ ਥੋੜ੍ਹੀਆਂ ਜਿਹੀਆਂ ਰੋਟੀਆਂ ਪਕਾਉਣੀਆਂ ਸਾਰਿਆਂ ਨੇ ਤਾਇਆਂ ਤਾਈਆਂ ਥੋੜ੍ਹੀ ਥੋੜ੍ਹੀ ਖਾਣੀ ਹਾਂ ਥੋੜ੍ਹੀ ਥੋੜ੍ਹੀ ਖਾ ਕੇ ਪਾਣੀ ਪੀਣਾ ਇੱਦਾਂ ਗੁਜ਼ਰ ਕਰ ਦਿਓ ਜੀ ਬਸ ਫਿਰ ਆਏ ਛਾਉਣੀ ਗੱਡੀ ਚੜ੍ਹਨ ਅਸੀਂ ਗੱਡੀ ਭਰੀ ਪਈ ਅੰਦਰ ਵੀ ਸਾਹ ਨਾ ਇੰਨਾ ਰਾਸ਼ ਅਤੇ ਛੱਤ ਵੀ ਭਰੀ ਪਈ ਛੱਤ 'ਤੇ ਹੀ ਚੜ੍ਹੇ ਫਿਰ ਅੱਛਾ ਇੱਕ ਚੀਜ਼ ਦੱਸੋ ਕਿ ਜਦੋਂ ਤੁਸੀਂ ਹਿਜਰਤ ਕਰ ਰਹੇ ਸੀ ਪਿੰਡ ਨਹੀਂ ਯਾਦ ਆ ਰਿਹਾ ਸੀ ਪਿੰਡ ਯਾਦ ਕੀ ਪਏ ਜਦ ਉੱਥੇ ਤਾਂ ਬਸ ਇਹੋ ਹੀ ਪਏ ਇਹ ਹੁਣ ਹੁਣ ਦੇਖੋ ਨਾ ਵੀ ਹੁਣ ਜਦੋਂ ਅਸੀਂ ਆਪਣਾ ਘਰ ਛੱਡਦੇ ਹਾਂ
ਉਸ ਵੇਲੇ ਜਾਣੀ ਹਰ ਬੰਦੇ ਨੂੰ ਫਿਰ ਇਹੋ ਹੀ ਸੀ ਵੀ ਹੁਣ ਨਹੀਂ ਇੱਧਰ ਆਉਣਾ, ਠੀਕ ਹੋ ਗਿਆ, ਜਾਣਾ ਹੀ ਜਾਣਾ, ਜਾਣਾ ਹੀ ਜਾਣਾ। ਮਤਲਬ ਉੱਥੇ ਗੱਡੀ ਛੱਤ 'ਤੇ ਚੜ੍ਹੇ ਅਤੇ ਅੰਮ੍ਰਿਤਸਰ ਆ ਕੇ ਗੱਡੀ ਰੋਕੀ। ਅੰਮ੍ਰਿਤਸਰ ਵੀ ਉੱਥੋਂ ਦੂਰ ਨਹੀਂ ਸੀ, ਬਸ ਇੱਦਾਂ ਹੀ ਸੀ ਵੀ ਜਿੱਦਾਂ ਇੱਥੋਂ ਚੰਨੂ ਲਾ ਲਓ 40-50 ਕਿਲੋਮੀਟਰ ਬਸ ਇੰਨਾ। ਦਕੋਹੇ ਪਿੰਡ ਤੋਂ ਹਾਂ ਛਾਉਣੀ ਆ, ਉੱਥੋਂ ਛਾਉਣੀ, ਦਕੋਹੇ ਛਾਉਣੀ ਸੀ, ਉੱਥੋਂ ਗੱਡੀ 'ਤੇ ਚੜ੍ਹੇ ਅਤੇ ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਠੀਕ ਹੈ ਜੀ। ਇੰਨੀ ਕੁ ਵਾੜ ਸੀਗੀ ਅਤੇ ਉੱਥੇ ਉਹਨਾਂ ਨੇ ਗੱਡੀ ਰੋਕੀ ਅਤੇ ਮਲਾਠੜੀ ਦੇ ਬੰਦੇ ਮੁਸਲਮਾਨ ਸੀ ਉਹ ਭੱਜੇ ਫਿਰਦੇ ਸੀ ਨਾਲ ਨਾਲ। ਅੱਛਾ। ਪਲੇਟਫਾਰਮ 'ਤੇ ਵੀ ਪਾਣੀ ਨਾ ਇੱਥੋਂ ਕੋਈ ਵੀ ਪੀਵੇ, ਪਾਣੀ ਕੋਈ ਨਾ ਪੀਵੇ, ਉਹਦੀ ਵਜ੍ਹਾ ਜੀ ਜ਼ਹਿਰਾਂ ਆ ਕੇ ਪਾਣੀ ਆ ਇੱਥੇ, ਉਹਨਾਂ ਨੂੰ ਡਰ ਸੀ ਜ਼ਹਿਰ ਨਾ ਪਾਈ ਹੋਵੇ ਅਤੇ ਬੰਦੇ ਪੀਣ ਕੇ ਮਰ ਨਾ ਜਾਣ। ਹਾਂ ਬਸ ਫਿਰ ਉਹਨਾਂ ਨੇ ਕਿਤੇ ਵਾਇਰਲੈਸ ਕੀਤੀ ਇੱਧਰ, ਇੱਧਰ ਲਿਆ ਨੂੰ ਉੱਧਰ ਕੀਤੀ ਹੋਊ ਵੀ। ਅੱਛਾ, ਉੱਥੇ ਗੱਡੀ ਰੋਕ ਲਈ। ਹਾਂ ਅਤੇ ਚੱਲਣ ਨਹੀਂ ਦਿੰਦੇ ਸੀ ਅਤੇ ਫਿਰ ਉੱਥੋਂ ਵਾਇਰਲੈਸ ਆਈ। ਹਾਂ ਵਾਇਰਲੈਸ ਇੱਧਰੋਂ ਗਈ ਉੱਧਰ, ਅਤੇ ਉਹਨਾਂ ਨੇ ਇਹਨਾਂ ਨੇ ਜਵਾਬ ਦਿੱਤਾ ਪਾਕਿਸਤਾਨ ਵਾਲਿਆਂ ਨੇ ਵੀ ਅਸੀਂ ਇੱਧਰੋਂ ਸਿੱਖ ਕੋਈ ਨਹੀਂ ਜਾਣ ਦੇਣਾ ਕੋਈ ਵੀ, ਜੇ ਤੁਸੀਂ ਇਹ ਰੋਕੇ ਤਾਂ ਅਸੀਂ ਇੱਧਰੋਂ ਕੋਈ ਨਹੀਂ ਆਉਣਾ, ਤੁਸੀਂ ਤਾਂ ਗੱਡੀ ਰੋਕ ਲਓਗੇ ਤਾਂ ਅਸੀਂ ਕੋਈ ਨਹੀਂ ਜਾਣ ਦੇਣਾ। ਠੀਕ। ਉਹਨਾਂ ਨੇ ਫਿਰ ਕਿਹਾ ਵੀ ਕਿਸੇ ਨੂੰ ਨਹੀਂ ਰੋਕਣਾ, ਜਾਣ ਦਿਓ। ਹਾਂ ਸਿੱਖਾਂ ਨੂੰ ਕਿਹਾ ਵੀ ਤੁਹਾਡਾ ਕੋਈ ਨਹੀਂ ਉੱਧਰੋਂ ਕੋਈ ਜੀ ਵੀ ਨਹੀਂ ਆ ਸਕਦਾ, ਫਿਰ ਰਿਸ਼ਤੇਦਾਰੀਆਂ ਸੀ ਇੱਧਰ ਉੱਧਰ। ਬਸ ਫਿਰ ਉਹਨਾਂ ਨੇ ਕਿਹਾ ਜਾਓ। ਬਸ ਫਿਰ ਜਦੋਂ ਵਾਹਗਾ ਸੀ, ਵਾਹਗਾ ਬਾਰਡਰ ਲਾਹੌਰ ਵਾਲਾ, ਲਾਹੌਰ ਵਾਲਾ ਇਹ ਵੀ ਉੱਥੋਂ ਨੇੜੇ ਹੀ ਸੀ ਅੰਮ੍ਰਿਤਸਰੋਂ, ਫਿਰ ਠੀਕ ਹੋ ਗਿਆ। ਬਸ ਉੱਥੇ ਜਦ ਆਏ ਅਤੇ ਬੰਦੇ ਕਈ ਟੋਕਰੇ ਰੋਟੀਆਂ ਦੇ ਨਿਮਕ ਮਾੜਾ ਮਾੜਾ ਪਾਇਆ ਵਿੱਚ, ਘੇਲ ਤੰਦੂਰ ਦੀਆਂ ਰੋਟੀਆਂ, ਠੀਕ ਹੋ ਗਿਆ, ਚੰਗੀਆਂ ਮੋਟੀਆਂ ਭਾਰੀਆਂ ਹੜੜੀਆਂ ਉਹ ਇੱਦਾਂ। ਅੱਛਾ, ਟ੍ਰੇਨ ਦੇ ਉੱਤੇ ਸੁੱਟਦੇ ਸੀ, ਉੱਤੇ ਸਿੱਟਣ ਵਿੱਚ ਵੀ ਦਿੰਦੇ ਸੀ, ਖਾ ਲਓ ਵਿੱਚ ਤਾਂ ਉੱਦਾਂ ਵੀ ਫੜਾ ਦਿੰਦੇ ਸੀ ਹਨਾ ਸਾਈਡਾਂ ਤੋਂ, ਹਾਂਜੀ ਸਾਈਡਾਂ ਤੋਂ, ਅਤੇ ਉੱਤੇ ਨੂੰ ਐਂ ਸਿੱਟਣ ਕੈਚ ਕਰ ਲਓ, ਜੁਖ ਲਓ ਅਤੇ ਜੁਪ ਕੇ ਖਾਈ ਜਾਓ। ਉਹ ਇੱਦਾਂ ਕਿਸੇ ਦੇ ਹੱਥ 'ਚ ਤੁਹਾਡੇ ਹੱਥ ਕੋਈ ਆਈ ਰੋਟੀ ਫਿਰ? ਹਾਂ ਚਲੋ ਮਾਸ਼ਾ ਅੱਲਾ ਜੀ। ਖੈਰ ਫਿਰ ਆ ਕੇ ਰਾਤ ਤਾਂ ਰਹੇ ਵੱਡੇ ਸਟੇਸ਼ਨ, ਲਾਹੌਰ ਸਟੇਸ਼ਨ 'ਤੇ ਰੁਕ ਗਈ, ਉੱਥੇ ਉਤਰ ਗਏ। ਅਤੇ ਜਦੋਂ ਵੰਡ ਹੋਈ ਆ ਉਸ ਤੋਂ ਪਹਿਲੇ ਤੁਹਾਡੇ ਇੱਧਰ ਪਾਕਿਸਤਾਨ ਇਸ ਹਦੂਦ 'ਚ ਲਹਿੰਦੇ ਪੰਜਾਬ 'ਚ ਕੋਈ ਰਿਸ਼ਤੇਦਾਰ ਹੈਗੇ ਸੀਗੇ? ਹਾਂ ਕਿਹੜੇ? ਇਹੀ ਸਾਹੀਵਾਲ ਜੀ, ਇਹ ਨਵਾਂ ਚੱਕ 'ਚ। ਅੱਛਾ, ਜਿਹੜਾ ਚੀਚਾ ਵਤਨੀ ਦਾ ਚੈੱਕ 110 ਆ। ਹਾਂ ਬਿਲਕੁਲ, ਆਪਾਂ ਬੈਠੇ ਹਾਂ ਇਹਦੇ ਨਾਲ ਦਾ ਜਿਹੜਾ ਪਿੰਡ ਆ ਸਾਡੇ ਨਾਲ ਹੀ, ਸਾਡੇ ਨਾਲ ਦੀ ਨਹਿਰ ਆ ਬਾਰਾਂ, ਉਹਦੇ ਅਗਲੀ ਸਾਈਡ ਦੇ ਨਾਂ ਆ ਇੱਧਰ ਲਹਿੰਦੀ ਸਾਈਡ ਦੇ 10 ਆ। ਅੱਛਾ, ਇੱਥੇ ਰਿਸ਼ਤੇਦਾਰ ਸੀਗੇ ਬੈਠੇ, ਤੁਹਾਨੂੰ ਇੱਕ ਸੀਗਾ ਕਿ ਅਸੀਂ ਉੱਥੇ ਜਾਣਾ? ਪਤਾ ਨਹੀਂ ਸੀ, ਪਤਾ ਨਹੀਂ ਸੀ, ਲੇਕਿਨ ਇਹ ਸੀਗਾ ਵੀ ਉਹਨਾਂ ਕੋਲ ਜਾਣਾ। ਹਾਂ ਜਾਣੀ ਅਸੀਂ ਉੱਥੇ ਬੈਠੇ ਸੀ, ਠੀਕ ਹੈ, ਸਟੇਸ਼ਨ 'ਤੇ। ਉਸ ਵੇਲੇ ਸਾਨੂੰ ਇਹ ਨਹੀਂ ਸੀ ਪਤਾ ਵੀ ਕਿੱਥੇ ਜਾਣਾ ਅਤੇ ਕਿੱਥੇ ਨਹੀਂ, ਕੀ ਹੋਣਾ ਅਤੇ ਕੀ ਨਹੀਂ ਹੋਣਾ। ਅੱਛਾ, ਉੱਥੋਂ ਸਵੇਰ ਨੂੰ ਗੱਡੀ ਬੈਠੇ, ਹਾਂਜੀ, ਉਹ ਇੱਕਦਮ ਮੁੜ ਕੇ ਜਦ ਸਾਹੀਵਾਲ ਵੱਲੋਂ ਮੁੜੀ ਅਤੇ ਅੱਗੇ ਸਟੇਸ਼ਨ ਆਉਂਦਾ ਸੀ ਵਾਲਟਨ ਸਕੂਲ, ਹਾਂਜੀ, ਉੱਥੇ ਪਰੇਡ ਪਰੂਡ ਕਰਾਉਂਦਾ, ਗਰਾਊਂਡ ਬਹੁਤ ਖੁੱਲ੍ਹੀ ਸੀ ਸਾਹੀਵਾਲ। ਅੱਛਾ, ਲਾਹੌਰੋਂ ਸਟੇਸ਼ਨ ਤੋਂ ਜਦੋਂ ਨਿਕਲੀ? ਹਾਂ, ਪਹਿਲਾ ਸਟੇਸ਼ਨ ਆਇਆ, ਠੀਕ ਹੈ ਜੀ, ਅਤੇ ਉੱਥੇ ਉਸ ਗਰਾਊਂਡ ਦੇ ਵਿੱਚ ਬੈਠੇ ਅਤੇ ਬੰਦੇ ਸਿਆਣੇ ਸਿਆਣੇ ਕਹਿਣ ਵੀ ਆਪਾਂ ਇੱਕੋ ਹੀ ਪਿੰਡ ਦੇ ਵਿੱਚ ਬੈਠਣਾ, ਸਾਰੇ ਸਿਆਣੇ ਸਲਾਮਾਂ ਕਰਦੇ ਸੀ ਵੀ ਆਪਾਂ ਇਕੱਠੇ ਰਹਿਣਾ। ਹਾਂ, ਇੱਕ ਪਿੰਡ 'ਚ ਕੋਈ ਚੰਗਾ ਜਿਹਾ ਪਿੰਡ ਦੇਖ ਕੇ ਤਾਂ ਉੱਥੇ ਬਹਿਣਾ, ਇਕੱਠਿਆਂ ਨੇ, ਠੀਕ ਹੋ ਗਿਆ ਜੀ, ਉਹ ਕਹਿਣ ਬਾਕੀ ਦੇ ਕਹਿ ਦੇਣ ਠੀਕ ਆ। ਬਸ ਰਾਤ ਫਿਰ ਬਿਮਾਰੀ ਹੋ ਗਈ ਕੁਛ ਬੱਚੇ, ਉੱਥੇ ਪਹੁੰਚੇ ਤਾਂ ਬਿਮਾਰ ਵੀ ਹੋਣ ਲੱਗ ਪਏ, ਬਿਮਾਰ ਹੋਣ ਲੱਗ ਪਏ, ਹੈਜੇ ਦੀ ਸ਼ਿਕਾਇਤ, ਹੈਜ਼ਾ ਹੋ ਗਿਆ, ਬਾਰਿਸ਼ਾਂ ਆ ਰਹੀਆਂ ਸੀ ਉਹਨਾਂ ਦੇ ਨਾਲ ਕਹਿੰਦੇ। ਦਿਨ ਚੜ੍ਹਿਆ ਅਤੇ ਫਿਰ ਸਿਆਣੇ ਬੰਦੇ ਕਹਿਣ ਲੱਗੇ ਵੀ ਹੁਣ ਕੋਈ ਬਾਹਰ ਨਹੀਂ, ਜਿੱਥੇ ਜਿੱਥੇ ਕਿਸੇ ਦੀ ਮਾੜੀ ਮੋਟੀ ਠਾਰ ਆ ਉੱਥੇ ਉੱਥੇ ਪਹੁੰਚ ਜਾਓ ਅਤੇ ਫਿਰ ਦੇਖਾਂਗੇ ਇਕੱਠੇ ਹੋਣ ਦਾ ਪ੍ਰੋਗਰਾਮ ਬਾਅਦ ਦੇ ਵਿੱਚ, ਹੁਣ ਆਪਣੇ ਆਪਣੇ ਕਿਸੇ ਟਿਕਾਣੇ ਲੱਗੋ। ਹਾਂਜੀ,
मेरा ताया बड़ा सारे तो जड़ा सी ओदे सिंध दे विच सी डिग्री स्टेशन दे कोल 95 चक उत्थे इहदे सहुरे भी सी ते साढ़े बालद होना दे मामे भी सी ओ। अच्छा सिंध च रहिंदे सी? सिंध च रहिंदे सी उत्थे उहनां ने जमीन मरबा लिया पहले ओ तो उधर नू सानू नहीं कहा भी साढ़े तुसी भी आ जाओ और उधर नू चल तैयार हो गए ते जेड़ा सी उधर छोटा ओ कराची मुलाजम सी ते ए नहीं सी पता भी सानू किथे है किथे है कराची सी। हाँ जी ओदे बच्चे ਵੱਡੀ ਬੇਟੀ ਇੱਕ ਵਿਆਹੀ ਸੀ ਪਿੰਡ ਦੇ ਵਿੱਚ ਹੀ ਸਾਡੇ ਭੈਣ ਦੇ ਔਲਾਦ ਸੀਗੀ ਉਹਨਾਂ ਨੂੰ ਠੀਕ ਹੋ ਗਿਆ ਦਿੱਤਾ ਸੀ ਰਿਸ਼ਤਾ ਉਹ ਫੈਸਲਾਬਾਦ ਆ ਕੇ ਬੈਠੇ ਸੀ ਅਤੇ ਉਹ ਆ ਗਏ ਉਹ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਉਹ ਲੈ ਗਏ ਉਹ ਲੈ ਗਏ ਉਹ ਸਾਡੇ ਤਾਏ ਦੀ ਧੀ ਨੇ ਉਦੋਂ ਉਹਦੇ ਕੋਲ ਮੇਰਾ ਖਿਆਲ 35-40 ਰੁਪਈਏ ਸੀ ਉਹ ਮੇਰੀ ਵਾਲਦਾ ਨੂੰ ਫੜਾ ਗਈ ਅਤੇ ਅਸੀਂ ਤਾਂ ਹੁਣ ਚਲੇ ਜਾਣਾ ਘਰ 'ਤੇ ਤੁਸੀਂ ਰੱਖ ਲਓ ਕੰਮ ਆਉਣਗੇ ਬਸ ਉਹ ਸੀਖੋ ਅਤੇ ਫਿਰ ਉੱਥੋਂ ਇਹ ਜਿਹੜਾ ਬੁੜਾ ਸ਼ੁਰੂ ਤੋਂ ਸਾਡੇ ਨਾਲ ਬਾਬਾ ਜਿਹਦੇ ਪੁੱਤਰਾਂ ਨੇ ਬਰਛੇ ਰੱਖੇ ਸੀ ਉਹ ਕਹਿਣ ਲੱਗਾ ਵੀ ਤੁਸੀਂ ਚਲੋ ਚੱਲਦੇ ਹਾਂ ਗੱਡੀ ਹੁਣ ਆਉਂਦੀ ਹੈ ਤਾਂ ਬਹਿੰਦੇ ਹਾਂ ਗੱਡੀ ਮੈਂ ਨਹੀਂ ਜਾਣਾ ਉੱਥੇ ਉਹ ਮੇਰੇ ਨਾਲ ਗੁੱਸੇ ਆ ਇਹ ਜਿਹੜੀ ਜਾਣੀ ਮਾਈ ਸਾਡੀ ਦੀ ਸੀ ਫੁੱਫੀ ਠੀਕ ਹੈ ਜੀ ਇੱਕੋ ਹੀ ਉਹਦਾ ਪੁੱਤ ਸੀ ਹਾਂਜੀ ਅਤੇ ਉਹ ਬੈਠੇ ਸੀ ਇੱਥੇ ਅਤੇ ਜਾਣੀ ਮਾਲਕ ਨਹੀਂ ਸੀ ਅਤੇ ਸੀਗੇ ਮਜ਼ੇਰੇ ਮਜ਼ੇਰੇ ਇੱਥੇ ਨੌ ਚੱਕ ਚੀਚਾ ਵਧਣੀ ਠੀਕ ਹੋ ਗਿਆ ਨਿਜ਼ਾਮ ਦੀ ਨੰਬਰਦਾਰ ਸੀ ਹੁਣ ਉਹਦੇ ਮਜ਼ਾਰੇ ਸੀ ਠੀਕ ਹੈ ਜੀ ਅਤੇ ਮੈਂ ਉਹਨਾਂ ਨਾਲ ਗੁੱਸੇ ਹਾਂ ਅਤੇ ਮੈਂ ਸਾਹੀਵਾਲ ਉੱਤਰ ਜਾਣਾ ਉੱਥੇ ਹੈ ਮਾੜੀ ਜਿਹੀ ਠਾਰ ਅਤੇ ਤੁਸੀਂ ਉੱਥੇ ਚੱਲ ਤੁਸੀਂ ਉੱਥੇ ਜਾਓ ਅਤੇ ਤੁਸੀਂ ਇੱਦਾਂ ਕਰਿਓ ਸਟੇਸ਼ਨ ਤੋਂ ਉੱਤਰ ਕੇ ਚੀਚਾ ਵਧੀ ਸਟੇਸ਼ਨ ਤੋਂ ਉਤਰਨਾ ਉੱਤਰ ਕੇ ਅਤੇ ਸਟੇਸ਼ਨ ਹੈਗਾ ਇਸ ਸਾਈਡ 'ਤੇ ਠੀਕ ਹੈ ਜੀ ਅਤੇ ਫਿਰ ਉੱਤਰ ਕੇ ਅਤੇ ਐਂ ਪੌੜੀ ਆ ਪੌੜੀਆਂ ਚੜ੍ਹ ਕੇ ਅਤੇ ਲਾਈਨਾਂ ਦੇ ਉੱਤੋਂ ਦੀ ਉੱਧਰ ਉਤਰਨਾ ਜਾ ਕੇ ਸ਼ਹਿਰ ਵੱਲ ਬਸ ਉਸੇ ਸਿੱਧੀ ਸੜਕ ਕਾਂ ਰੋਡ ਉਹਨੂੰ ਸੱਦੇ ਆ ਉਹ ਸੜਕੇ ਜਾ ਕੇ ਅਤੇ ਅੱਗੇ ਨੌ ਚੱਕ ਹੀ ਆਉਣਾ ਅਤੇ ਪੁੱਛ ਵੀ ਲਿਓ ਵੀ ਨਿਜ਼ਾਮਦੀਨ ਵਾਲੇ ਨੌ ਚੱਕ 'ਚ ਨਿਜ਼ਾਮਦੀਨ ਦੀ ਉਹ ਜ਼ਮੀਨ ਵਾਹੁੰਦੇ ਆ ਰਾਖੀ 'ਤੇ ਉੱਥੇ ਅਸੀਂ ਆ ਗਏ ਨੌ 'ਚ ਅੱਛਾ ਜਦੋਂ ਇੱਥੇ ਪਹੁੰਚੇ ਨੌ 'ਚ ਅਤੇ ਉਸ ਤੋਂ ਅੱਗੇ ਫਿਰ ਕੀ ਹੋਇਆ ਜੀ ਅੱਗੇ ਇਹ ਹੋਇਆ ਵੀ ਨਿਜ਼ਾਮਦੀਨ ਨੇ ਸਾਡਾ ਨਾਂ ਤਾਂ ਮੇਰੇ ਵਾਲਦ ਦਾ ਲਿਖਾ ਦਿੱਤਾ ਸ਼ਹਿਰ ਦੇ ਬਿਲਕੁਲ ਨਾਲ ਹੀ ਸੀਗੇ ਹੁਣ ਉੱਥੋਂ ਦੀ ਬਾਈਪਾਸ ਨਿਕਲੀ ਜ਼ਮੀਨ ਨਵਾਂ ਬਾਈਪਾਸ ਜਿਹੜਾ ਚੀਚਾ ਵਤਨੀ ਦਾ ਹਾਂ ਉਹ ਕੁਛ ਇੱਧਰ ਜ਼ਮੀਨ ਕੁਛ ਇੱਧਰ ਉਹ ਜਿਹੜੇ ਮੁਰੱਬੇ ਸੀ ਉੱਥੇ ਇੱਕ ਲੈ ਉਦੋਂ ਕਰਜ਼ੇ ਆਜ਼ਮ ਦਾ ਇਹ ਸੀ ਆਰਡਰ ਵੀ ਜਿਹੜਾ ਵੀ ਬੰਦਾ ਸ਼ਾਦੀਸ਼ੁਦਾ ਹਾਂਜੀ ਉਹਨੂੰ 5-5 ਕਿੱਲੇ ਦੇ ਕੇ ਅਤੇ ਬਿਠਾ ਦਿਓ ਬਾਅਦ ਦੇ ਵਿੱਚ ਪਿਛਲੀਆਂ ਜ਼ਮੀਨਾਂ ਮੰਗਵਾਵਾਂਗੇ ਕਿੰਨੀਆਂ ਕਿਸੇ ਦੀਆਂ ਉਸ ਹਿਸਾਬ ਨਾਲ ਫਿਰ ਦੇਵਾਂਗੇ ਜਿਹਦੀ ਥੋੜ੍ਹੀ ਹੋ ਥੋੜ੍ਹੀ ਜਿਹਦੀ ਬਹੁਤੀ ਹੋ ਉਹਨੂੰ ਬਹੁਤੀ ਮਿਲੂ ਜਿੱਦਾਂ ਉਹ ਇੱਦਾਂ ਜਾਣੀ ਬਿਠਾਲੇ 5 ਕਿੱਲੇ ਦੀ ਲੈਣ ਦੇ ਵਿੱਚ ਨਾਂ ਲਿਖਾ ਦਿੱਤਾ ਨਿਜ਼ਾਮਦੀਨ ਨੇ ਅਤੇ ਇੱਕ ਸੀ ਸੂਬੇਦਾਰ ਸੂਬੇਦਾਰ ਰਾਹੀਂ ਉਹ ਵੀ ਲੰਬੜਦਾਰ ਸੀ ਉਹ ਲੰਬੜਦਾਰ ਸਹੀ ਨਹੀਂ ਸੀ ਉਹਨੂੰ ਬਿਮਾਰੀ ਸੀ ਬਿਮਾਰ ਸੀ ਹਿੱਲਣ ਦੀ ਬਿਮਾਰੀ ਸੀ ਜਿਹੜੀ ਉਹ ਮੱਕੇ 'ਤੇ ਗੋਲੀ ਚਲਾਈ ਸੀ ਉਹ ਮੁਸਲਮਾਨ ਨਹੀਂ ਸੀ ਮੁਸਲਮਾਨ ਰਾਹੀਂ ਅੱਛਾ ਜਾਣੀ ਹੋਰ ਕਈਆਂ ਨੂੰ ਆਰਡਰ ਦਿੱਤਾ ਉਦੋਂ ਹਕੂਮਤ ਜਾਣੀ ਇਹ ਅਜਾੜਿਆਂ ਤੋਂ ਪਹਿਲੀ ਗੱਲ ਹੈ ਨਾ ਹਾਂਜੀ ਅਤੇ ਉਹ ਅੰਗਰੇਜ਼ਾਂ ਦੇ ਫੌਜ ਦੇ ਵਿੱਚ ਸੀ
ਇਹਨੂੰ ਕਿਹਾ ਮੈਂ ਚਲਾਉਂਦਾ ਇਹਦੇ ਮਤਹਿਤ ਜਿਹੜੇ ਇਹ ਸੂਬੇਦਾਰ ਸੀ ਉਦੋਂ ਠੀਕ ਹੈ ਜੀ ਇਹਦੇ ਸੂਬੇ ਦੇ ਵਿੱਚ ਜਿੰਨੇ ਫੌਜੀ ਸੀ ਉਹਨਾਂ ਨੂੰ ਆਰਡਰ ਦਿੱਤਾ ਵੀ ਚਲਾਓ ਕੋਈ ਉਦੋਂ ਹੀ ਫਿਰ ਬਿਮਾਰ ਹੋ ਗਿਆ ਅਤੇ ਇਹਨੂੰ ਜ਼ਮੀਨ ਇੱਥੇ ਦਿੱਤੀ ਅਤੇ ਇੱਥੇ ਆ ਗਿਆ ਠੀਕ ਉਹ ਮੈਂ ਵੀ ਦੇਖਿਆ ਪਾਣੀ ਵੀ ਪਿਲਾਉਣਾ ਅਤੇ ਬਸ ਇੱਦਾਂ ਬਸ ਜੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਦੋ ਪੁੱਤ ਉਹਦੇ ਠੀਕ ਨਿਆਣੇ ਸੀ ਇਹ ਫਿਰ ਆਪਣਾ ਸਾਲਾ ਸੱਦਿਆ ਆਇਆ ਸੀ ਪਿੱਛੋਂ ਉਹਨੂੰ ਨੰਬਰਦਾਰੀ ਅਖਤਿਆਰ ਦਿੱਤਾ ਹੋਇਆ ਸੀ ਅਤੇ 8 ਕਿੱਲੇ ਉਹਦੀ ਜ਼ਮੀਨ ਹੋਵੇ ਇੱਕ ਸਾਈਡ 'ਤੇ ਉਹ ਉਹਦੇ ਨਾਂ ਲਵਾਤੀ ਪਏ ਮੈਂ ਤੈਨੂੰ ਦਿੱਤੀ ਸੱਦਿਆ ਕਰਕੇ ਠੀਕ ਅਤੇ ਤੂੰ ਹੋਰ ਆਪਣੀ ਹਿੰਮਤ ਨਾਲ ਜੋ ਮਰਜ਼ੀ ਕਰ ਜੋ ਮਰਜ਼ੀ ਗੱਲ ਆ ਅਤੇ ਜ਼ਮੀਨ 'ਤੇ ਕੰਮ ਅਤੇ ਤੁਹਾਨੂੰ 5 ਕਿੱਲੇ ਮਿਲ ਗਏ ਸੀ ਉਹ ਨਹੀਂ ਮਿਲੇ ਉਹ ਇੱਦਾਂ ਵੀ ਉਹ ਜਿਹੜਾ ਬੰਦਾ ਹੁਣ ਆਪਣਾ ਸਾਲਾ ਸੱਦਿਆ ਹਾਂਜੀ ਉਹਦਾ ਇੱਕ ਬੰਦਾ ਪਿੱਛੇ ਆ ਗਿਆ ਠੀਕ ਉਹਦਾ ਨਾਮ ਵੀ ਖੁਸ਼ੀ ਮੁਹੰਮਦ ਸੀ ਉਹ ਉਹਨੂੰ ਦਵਾਤੇ ਉਹਨੇ ਉਹ ਹੁਣ ਤੁਹਾਡੇ ਵਾਲਾ ਸਾਹਿਬ ਦਾ ਨਾਮ ਵੀ ਖੁਸ਼ੀ ਮੁਹੰਮਦ ਸੀ ਆਹੋ ਬਲਦੀਅਤ ਦਾ ਫਰਕ ਸੀ ਉਹ ਹੁਣ ਕਟਾ ਕੇ ਪਟਵਾਰੀ ਕੋਲੋਂ ਜਾਂ 4 ਪੈਸੇ ਦੇ ਦਿੱਤੇ ਹੋਊਗੇ ਜਾਣੀ ਉਹਦਾ ਨਾਂ ਰਖਾ ਦਿੱਤਾ ਅਤੇ ਨਿਜ਼ਾਮਦੀਨ ਚਲੇ ਗਿਆ ਸੀ ਇਹਦੇ ਮੁਰੱਬੇ 4 ਸੀ ਖਾਨਪੁਰ ਠੀਕ ਹੈ ਜੀ ਉੱਥੇ ਗੇੜਾ ਮੰਨ ਗਿਆ ਅਤੇ ਉੱਥੇ ਇਹਨੂੰ 5-7 ਦਿਨ ਲੱਗ ਗਏ ਉਹ ਜਦ ਮੁੜ ਕੇ ਆਇਆ ਤਾਂ ਉਹਨੂੰ ਪਤਾ ਲੱਗਾ ਵੀ ਤਾਂ ਇੱਦਾਂ ਹੋ ਗਈ ਉਹ ਫਿਰ ਕਹਿਣ ਲੱਗਾ ਵੀ ਅਸੀਂ 2 ਘਰ ਹਾਂ ਇੱਥੇ ਠੀਕ ਹੈ ਜੀ ਮਾਲਕ ਰਾਹੀਂ 9 ਜੱਗ 'ਚ ਬਾਕੀ ਸਾਰੇ ਹੀ ਜੱਟ ਆ ਠੀਕ ਹੈ ਜੀ ਅਤੇ ਚੱਲਦੀ ਸਾਡੀ ਆ ਜੱਟ ਲੰਬੜਦਾਰ ਇੱਕ ਆ ਉਹਨੂੰ ਪੁੱਛਦਾ ਹੀ ਕੋਈ ਨਹੀਂ ਜੱਟ ਜਿੰਨੇ ਆ ਉਹ ਸਾਨੂੰ ਮੰਨਦੇ ਆ ਠੀਕ ਹੋ ਗਿਆ ਅਸੀਂ ਪੁਲਿਸ ਨਹੀਂ ਕਦੇ ਆਉਣ ਦੇਈ ਜੀ ਜੇ ਲੜਾਈ ਝਗੜਾ ਹੋ ਜਾਵੇ ਫੈਸਲੇ ਮੈਂ ਕਰਦਾ ਨਿਜ਼ਾਮਦੀਨ ਮਤਲਬ ਸਰਪੰਚ ਸੀਗਾ ਉਹ ਬਹੁਤ ਖਬਰਦਾਰ ਬੰਦਾ ਅਸਰ ਰਸੂਖ ਵਾਲਾ ਬੰਦਾ ਅਖੇ ਤੁਹਾਨੂੰ ਹੁਣ 10 ਚੱਕ 'ਚ ਲੈ ਦਿੰਦੇ ਆ ਠੀਕ ਨਾਲ ਹੀ 10 ਚੱਕ ਸੀ ਉਹ ਸਾਰਾ ਸਿੱਖਾਂ ਦਾ ਸੀ ਸਿੱਖ ਛੱਡ ਗਏ ਸੀ ਉੱਥੋਂ ਹੋਰ ਠੀਕ ਉਹ ਚਲੇ ਗਏ ਸੀਗੇ ਖਾਲੀ ਹੋ ਗਏ ਖਾਲੀ ਬਿਲਕੁਲ ਲੋਕ ਲੁੱਟ ਖੋਹ ਕੇ ਵੀ ਲੈ ਗਏ ਸੀ ਲੋਕ ਜਿਹੜੇ ਸੀ ਆਸੇ ਪਾਸੇ ਮਤਲਬ ਜਦੋਂ ਹਿਜਰਤ ਹੋਈ ਤਾਂ ਜਿਹੜੇ ਉੱਧਰ ਮੁਸਲਮਾਨ ਹਿਜਰਤ ਕਰ ਰਹੇ ਸੀ ਉਹਨਾਂ ਕੋਲੋਂ ਸਿੱਖਾਂ ਨੇ ਖੋਇਆ ਜਿਹੜੇ ਇੱਥੋਂ ਸਿੱਖ ਹਿਜਰਤ ਕਰ ਰਹੇ ਸੀ ਉਹਨਾਂ ਕੋਲੋਂ ਮੁਸਲਮਾਨਾਂ ਨੇ ਖੋਇਆ ਦੋਨਾਂ ਪਾਸੇ ਕੰਮ ਬਰਾਬਰ ਰੱਖਿਆ ਇਹਨਾਂ ਨੇ ਬਸ ਫਿਰ ਇੱਥੇ ਗਏ ਅਤੇ ਇੱਕ ਰਿਸ਼ਤੇਦਾਰ ਹੀ ਸੀ ਦੂਰੋਂ ਉਹ ਲਾਹੌਰ ਰੇਲਵੇ ਦੇ ਵਿੱਚ ਹੋਵੇ ਮੁਲਾਜ਼ਮ ਹਾਂਜੀ ਹੁਣ ਉਹ ਵੀ ਆ ਗਿਆ ਅਤੇ ਹੁਣ ਆ ਕੇ ਨਾਲ ਉਹਨੂੰ ਵੀ ਲੈ ਅਤੇ ਸਾਨੂੰ ਵੀ ਜ਼ਮੀਨ ਮਿਲ ਗਈ ਉਹ ਨਾਲ ਉਹ ਹੋਵੇ ਅਤੇ ਪਟਵਾਰੀ ਜਾਣ ਵਾਹਨ 12 'ਚ ਰਹਿੰਦਾ ਸੀ ਰਾਹੀਂ ਸੀ ਠੀਕ ਹੈ ਜੀ ਉਹਦੇ ਕੋਲ ਚਲੇ ਗਿਆ ਉਹਦੇ ਮੂੰਹੋਂ ਕਿਤੇ ਨਿਕਲ ਗਿਆ ਕਿ ਕਿਹੜਾ ਪਿੰਡ ਸੀ ਤੁਹਾਡਾ ਮੈਂ ਕਿਹਾ ਸਾਡਾ ਪਿੰਡ ਖੋਥੜਾ ਕਹਿੰਦਾ ਅੱਛਾ ਹੋਰ ਅਖੇ ਰੋਟੀ ਪਾਣੀ ਦੱਸੋ ਇੰਨੀ ਗੱਲ ਕਹੀ ਤਾਂ ਨਿਜ਼ਾਮਦੀਨ ਹੱਸ ਪਿਆ ਕਹਿੰਦਾ ਕਿ ਤੁਸੀਂ ਸਾਡਾ ਕਦੇ ਨਾਂ ਨਹੀਂ ਲਿਆ ਅਤੇ ਸਾਡੇ ਕੋਲੋਂ ਖਾਮੋ ਜਾ ਕੇ ਅਤੇ ਇਹ ਕੋਈ ਖਾਸ ਗੱਲ ਆ ਵੀ ਇਹ ਤੁਹਾਨੂੰ ਖੋਥੜਾ ਵਾਲੇ ਬੰਦਿਆਂ ਨੂੰ ਤੁਸੀਂ ਰੋਟੀ ਪਾਣੀ ਪੁੱਛਦੇ ਹਾਂ ਇਹ ਜਾਣਦੇ ਉਹ ਕਹਿੰਦਾ ਜੀ ਵੀ ਅਸਾਮਦੀਨ ਤਹਿਸੀਲਦਾਰ ਸੀ ਉਹ ਇਹਨਾਂ ਦੇ ਪਿੰਡ ਦਾ ਸੀ ਠੀਕ ਸੀਗਾ ਵੀ ਅਤੇ ਉਹ 2 ਭਰਾ ਸੀ ਨਿਜ਼ਾ ਅਸਾਮਦੀਨ ਅਤੇ ਫਜ਼ਲ ਮੁਹੰਮਦ ਫਜ਼ਲ ਮੁਹੰਮਦ ਲੰਬੜਦਾਰ ਸੀ ਅਸਾਮਦੀਨ ਤਹਿਸੀਲਦਾਰ ਸੀ ਤਹਿਸੀਲਦਾਰ ਸੀ ਫੈਸਲਾਬਾਦ ਬੈਠਾ ਇਹਦਾ ਪੁੱਤ ਮਜਿਸਟਰੇਟ ਠੀਕ ਹੈ ਅਸਾਮਦੀਨ ਦਾ ਇੱਕ ਫਿਰ ਇੱਥੇ ਕਿੰਨੀ ਜ਼ਮੀਨ ਅਲਾਟ ਹੋਈ ਤੁਹਾਨੂੰ ਇੱਥੇ 13 ਕਿੱਲੇ ਸੀ ਉਹ ਕਹਿੰਦਾ ਵੀ 3 ਕਿੱਲਿਆਂ ਦੇ ਵਿੱਚ ਕੋਈ ਬੰਦਾ ਨਹੀਂ ਹੋਰ ਆ ਸਕਦਾ ਮੈਨੂੰ ਇੰਨਾ ਅਖਤਿਆਰ ਆ ਮੈਂ ਲਿਖ ਦੇਣਾ ਵੀ ਇਹਨਾਂ ਦੇ ਵਿੱਚ ਕੁਣਬਾ ਕੋਈ ਨਹੀਂ ਆ ਸਕਦਾ 3 ਕਿੱਲੇ ਕਿਸੇ ਨੇ ਨਹੀਂ ਲੈਣੇ ਪੰਜਾਂ ਦਾ ਆਰਡਰ ਇਹ 3 ਕਿੱਲੇ ਮੈਂ ਇਹਨਾਂ ਨੂੰ ਹੀ ਦੇ ਦਿੱਤੇ
ਉਹ ਜਾਣੀ ਸਰ ਦੋ ਘਰ ਫਿਰ ਹੋ ਗਿਆ, ਇੱਕ ਮੇਰਾ ਬਾਪ ਅਤੇ ਇੱਕ ਤਾਇਆ ਨਹੀਂ ਉਹ ਹੋਰ ਸੀ, ਉਹ 6:30 ਹੋ ਗਿਆ ਇਹਨਾਂ ਦੋਹਾਂ ਘਰਾਂ ਨੂੰ ਠੀਕ ਹੋ ਗਿਆ। ਸਾਡੇ ਜਾਣੀ ਇੱਦਾਂ ਹੋ ਗਈ ਵੀ ਦੋ ਕਿੱਲੇ ਕਣਕ ਦੇ ਵੱਢ ਉਵੇਂ ਹੀ ਪਏ ਸੀ, ਖਾਲੀ ਖਾਲੀ ਪਏ, ਕਣਕ ਵੱਢੀ ਸੀ ਬਲਕੇ ਕੁੱਪ ਜਿਹੜੇ ਉੱਥੇ ਵਿੱਚ ਸੀਗੇ ਉਹ ਕੁੱਪ ਵੀ ਲੋਕ ਤੂੜੀ ਵੀ ਚੱਕ ਲਗਾ, ਥੱਲੇ ਕੋਈ ਗਲੀ ਗੁਲੀ ਪਈ ਸੀ। ਜਾਣੀ ਮੈਂ ਗੱਲ ਕਰਦਾ ਵੀ ਦੋ ਖੇਤ ਵਿਹਲੇ 13 ਦੇ ਵਿੱਚੋਂ, 13 ਚ ਦੋ ਖੇਤ ਵਿਹਲੇ ਪਏ ਸੀ ਤੇ ਬਾਕੀ 11 ਚ ਕੀ ਸੀਗਾ? ਦੋ ਕਿੱਲੇ ਮਾਹਾਂ ਦੇ, ਮਾਹਾਂ ਦੀ ਦਾਲ ਜਿਹਨੂੰ ਕਹਿੰਦੇ ਆਪਾਂ, ਹਾਂ ਮਾਸ਼ ਦੀ, ਉਹ ਬੀਜੀ ਸੀ, ਉਹ ਦੋ ਕਿੱਲੇ ਬੀਜੇ ਹੋਏ ਸੀ। ਬਾਕੀ ਕਿੰਨੇ ਰਹਿ ਗਏ? ਨੌ ਦੇ ਵਿੱਚੋਂ ਇੱਕ ਖੇਤ ਦੁਹਾੜਾ ਦੇਸੀ ਕਪਾਹ, ਹਾਂ ਨਰਮਾ ਜਿਹਨੂੰ ਕਹਿੰਦੇ ਦੇਸੀ ਕਪਾਹ, ਹਾਂ ਦੇਸੀ, ਅਤੇ ਇੱਕ ਦੇਸੀ ਕਪਾਹ ਦੀਆਂ ਰਜਾਈਆਂ ਕਹਿੰਦੇ ਬੜੀਆਂ ਗਰਮ ਹੁੰਦੀਆਂ, ਹਾਂ ਦੇਸੀ ਕਪਾਹ, ਅਤੇ ਇੱਕ ਦੁਹਾੜ ਖਾਖੀ ਨਰਮਾ। ਉਹ ਖਾਖੀ ਨਰਮਾ ਹੁਣ ਤਾਂ ਬੀਜਦੇ ਨਹੀਂ, ਪਹਿਲੇ ਬਹੁਤ ਹੁੰਦਾ ਸੀ ਉਹ, ਜਿੱਦਾਂ ਤੂੜੀ ਦਾ ਰੰਗ ਹੁੰਦਾ ਇੱਦਾਂ ਦਾ ਹੀ ਰੰਗ ਹੁੰਦਾ ਉਹਦਾ ਖਾਖੀ। ਬਾਕੀ ਕਿੰਨੇ ਰਹਿ ਗਏ? ਇਹ ਇੱਕ ਦੁਹਾੜ ਸੀ ਖਾਖੀ ਨਰਮੇ ਦਾ, ਨਹੀਂ ਨਹੀਂ ਛੇ ਰਹਿ ਗਏ। ਦੇਸੀ ਕਿੰਨੇ ਕਿੱਲੇ ਸੀ ਜੀ? 13 ਕਿੱਲਿਆਂ ਦੇ, ਦੋ ਖਾਲੀ ਸੀਗੇ, ਦੋ ਚ ਸੀਗੀ ਮਾਹਾਂ ਦੀ ਦਾਲ, ਚਾਰ ਬੀਜੇ ਸੀਗੇ, 13 ਦੇ ਵਿੱਚੋਂ ਬਾਕੀ 9 ਰਹਿ ਗਏ, 9 ਚੋਂ ਕਿੱਲਾ ਇਹ ਗਿਆ, ਬਾਕੀ 8 ਰਹਿ ਗਏ। ਕਿੱਲਾ ਕਿੱਲਾ ਖਾਖੀ ਨਰਮਾ ਸੀ, ਖਾਖੀ ਕਪਾਹ ਸੀ ਦੇਸੀ, ਬਸ ਬਾਕੀ ਜਿਹੜਾ ਸੀ ਉਹ ਨਰਮਾ ਦੂਜਾ। ਬਾਕੀ ਜਿਹੜੇ ਖੇਤ 7-8 ਵਜੇ ਉਹਦੇ 'ਚ ਨਰਮਾ ਬੀਜਿਆ ਸੀ ਕਪਾਹ ਜਿਹੜੀ, ਅਸੀਂ ਉਹ ਦੋ ਹੋ ਗਏ ਮਹਾਂ ਵਾਲੇ, ਹਾਂਜੀ ਦੋ ਜਿਹੜੇ ਕਣਕ ਦੇ ਵੱਢ ਸੀ, ਖਾਲੀ ਚਾਰ, ਅਤੇ ਇੱਕ ਉਹ ਪੱਟ ਦਿੱਤਾ ਖਾਖੀ ਨਰਮੇ ਵਾਲਾ ਅਤੇ ਦੇਸੀ ਕਪਾਹ ਵਾਲਾ, ਉਹ ਪੱਟਦਾ ਹਲਕੇ ਸੀ, ਉਹ ਵੀ ਪੱਟ ਦਿੱਤੇ, ਇਹ ਬੀਜੀ ਕਣਕ। ਠੀਕ ਹੋ ਗਿਆ, ਅਤੇ ਜਦੋਂ ਉੱਥੋਂ ਆ ਗਏ ਤੁਸੀਂ, ਤੁਹਾਡਾ ਪੜ੍ਹਨ ਨੂੰ ਦਿਲ ਨਹੀਂ ਕੀਤਾ? ਪੜ੍ਹਨ ਨੂੰ ਦਿਲ ਤਾਂ ਕਰਦਾ ਸੀ, ਘਰਦੇ ਨਹੀਂ, ਮਾਈ ਨਹੀਂ ਸੀ ਮੰਨਦੀ, ਕਹਿੰਦੀ ਸੀ ਕਿਤੇ ਨਹੀਂ ਜਾਣਾ, ਘਰ ਹੀ ਰਹਿਣਾ, ਘਰ ਹੀ ਰਹਿਣਾ। ਅੱਛਾ, ਬਾਕੀ ਇੱਕ ਭਾਈ ਮੇਰੇ ਤੋਂ ਛੋਟਾ ਜਿਹੜਾ ਸੀ ਉਹਦੀ ਪੈਦਾਇਸ਼ 9 ਚੱਕ ਦੇ ਵਿੱਚ ਆ ਕੇ ਹੋਈ ਸੀ। ਠੀਕ ਹੋ ਗਿਆ ਜੀ, ਅਤੇ ਇੱਕ ਦੀ ਫਿਰ ਦੋਵਾਂ ਦੀ ਫਿਰ ਦੱਸ ਸੀ, ਇੱਕ ਭੈਣ ਮੇਰੇ ਤੋਂ ਵੱਡੀ ਸੀ। ਠੀਕ ਹੈ ਜੀ, ਉਹ ਹਯਾਤ ਨੇ ਜਾਂ ਫੌਤ ਹੋ ਗਏ? ਫੌਤ ਹੋ ਗਏ ਜੀ, ਇੱਧਰ ਪਾਕਿਸਤਾਨ ਜਾ ਕੇ, ਹੁਣ ਹੀ ਥੋੜ੍ਹਾ ਚਿਰ ਉਹ ਹੋਈ ਤਕਰੀਬਨ 18-20 ਦਿਨ ਪਹਿਲਾਂ, ਅਤੇ ਇਹਨਾਂ ਦੀ ਨਾਨੀ ਇੰਨੇ ਕੁ ਦਿਨ ਮਗਰੋਂ ਹੋਈ ਫੌਤ ਹੋਈ। ਠੀਕ, ਅਤੇ ਹੁਣ ਕਦੀ ਦਿਲ ਨਹੀਂ ਕਰਦਾ ਵਾਪਸ ਜਾਣ ਨੂੰ? ਦਿਲ ਜੇ ਹੁਣ ਤੁਹਾਨੂੰ ਲੈ ਜਾਈਏ ਤਾਂ ਆਪਣਾ ਪਿੰਡ ਆਪਣਾ ਘਰ ਪਛਾਣ ਲਓਗੇ ਅਗਰ ਉੱਥੇ? ਹਾਂ ਬਿਲਕੁਲ, ਸਿੱਧੇ ਫਗਵਾੜੇ ਉਤਰ ਕੇ ਸਿੱਧੇ ਹੀ ਜਾਵਾਂਗੇ ਘਰ, ਹਰ ਚੀਜ਼ ਦਾ ਪਤਾ ਪਿਆ, ਇੱਥੇ ਖੂਹ ਸਾਡਾ ਸੀ, ਠੀਕ ਹਾਂ ਖੇਤ ਸਾਡੇ ਸੀ, ਅਤੇ ਉਹ ਜਿਹੜੇ ਸੀਗੇ ਤੁਹਾਡੇ ਉਹ ਸਿੱਖ ਜਿਹੜੇ ਸੀ, ਰਤਨ ਸਿੰਘ ਰਮੇਸ਼, ਰਾਕੇਸ਼ ਸੀ ਰਮੇਸ਼ ਸੀ, ਕੀ ਨਾਂ ਸੀ ਉਹਦਾ? ਰਤਨ ਸਿੰਘ ਰਾਮੇ ਸੀ ਉਹਦਾ ਭਰਾ, ਜਾਂ ਕੌਣ ਸੀ, ਕੀ ਨਾਂ ਸੀ? ਦਰਸ਼ਨ ਸਿੰਘ, ਹਾਂ ਦਰਸ਼ਨ ਸਿੰਘ। ਦਰਸ਼ਨ ਸਿੰਘ ਨੂੰ ਕੋਈ ਪੈਗਾਮ ਦਿਓਗੇ ਅਗਰ ਉਹ ਹਯਾਤ ਹੋਣ ਤੇ ਸੁਣਨ ਤੇ ਤੁਹਾਡੇ ਨਾਲ ਕੋਈ ਰਾਬਤਾ ਕਰਨਾ ਚਾਹੁੰਦੇ? ਇਹੋ ਹੀ ਮੇਰਾ ਨਾਂ ਉਹਨਾਂ ਨੂੰ ਦੱਸ ਦਿਓ। ਠੀਕ ਹੈ ਜੀ, ਤੇ ਇੱਦਾਂ ਦਾ ਤੁਸੀਂ ਆਪ ਦੱਸੋ, ਤੁਸੀਂ ਉੱਥੇ ਸਾਹਮਣੇ ਵੇਖ ਕੇ ਕਹੋ ਕੈਮਰੇ ਵਾਲ ਕੇ ਦਰਸ਼ਨ ਸਿੰਘ ਮੈਂ ਫਲਾਂ ਫਲਾਂ ਬੋਲ ਰਿਹਾ, ਅਤੇ ਜੇ ਮੈਨੂੰ ਪਛਾਣਨਾ ਤਾਂ ਮੇਰੇ ਨਾਲ ਰਾਬਤਾ ਕਰ। ਅੱਛਾ, ਆਪਣਾ ਨਾਂ ਦੱਸੋ ਉਹਨੂੰ, ਆਪਣਾ ਵੀ ਨਾਂ ਦੱਸੋ, ਆਪਣੇ ਅੱਬੇ ਦਾ ਵੀ ਦੱਸੋ ਜੀ। ਦੱਸਾਂ? ਹਾਂਜੀ ਦੱਸੋ। ਦਰਸ਼ਨ ਸਿੰਘ, ਮੈਂ ਅਬਦੁਲ ਰਸ਼ੀਦ ਬੋਲਦਾ, ਖੁਸ਼ੀ ਮੁਹੰਮਦ ਦਾ ਬੇਟਾ,
खोथड़ा तो ते मेरे नाल कोई गलबात करनी चाहुंदा तो करो इदां कहां। हाँ जी ठीक हो गया जी। दर्शन सिंह साहब अगर तुहाडे तक ये वीडियो पहुँचे तो तुसी वीडियो दे थले कमेंट करो तो असी तुहानू फिर नंबर देंगे बजुर्गों का, तुसी इन्हां नाल कॉल कर सकोगे, राबता कर सकोगे। तो ये हजे भी अपने पिंड नूं बहुत याद करते आ, अक्सर अपने बच्चों नूं पोतियां नूं दोतियां नूं बैठ के अपनियां गल्लां सुनांदे आ। अज मेरा भी इन्हां तक आना होया तो मैं क्या क्यों ना इन्हां नूं एक वीडियो की सूरत दी जाए तो एक यादगार बना के तुहाडे तक पहुँचाई जाए। उस तरह तो साढ़े को तुहाडा राबता नंबर नहीं है, तो जे अगर तुहाडे तक पहुँच जाए तो लाजमी राबता करना। उस तो बाद सानू दिओ इजाजत, तो वेखो पंजाब चैनल नूं वेखदे रहो ते नाल ही इहनूं सबसक्राइब भी कर लो। तो इंशाल्लाह बहुत जल्द कोई नवी स्टोरी लैके हाज़र होवांगे। अल्लाह हाफिज़।